ਇਹਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਉਸਤਾਦ ਹੋ, ਮੇਰੀ ਇੱਜ਼ਤ ਵੀ ਇਸ ਦਾ ਸਵਾਲ ਹੈ। ਕਬੂਤਰਬਾਜ਼ ਉਸਤਾਦ ਜੀ ਖਰਾਬ ਹੋ ਗਏ ਨੇ ਅਤੇ ਵਧੀ ਕੇ ਗਈ ਹੈ ਜੁਮੇ ਵਾਲੇ ਦਿਨ, ਅਤੇ ਨਾ ਕਬੂਤਰ ਉੱਡੇ, ਮੇਰੀ ਬੜੀ ਬੇਇੱਜ਼ਤੀ ਹੋਣੀ ਹੈ। ਮੈਂ ਕਿਹਾ ਚੱਲ ਮੈਨੂੰ ਆਪ ਕਬੂਤਰ ਦਿਖਾ। ਮੈਨੂੰ ਉਹਨੇ ਕਬੂਤਰ ਦਿਖਾਏ, ਉਹ ਮੁੰਡੇ ਬੜੇ ਦੋਵੇਂ ਭਰਾ ਚੰਗੇ ਸੀ, ਉਹਨਾਂ ਨੇ ਮੇਰੀ ਬੜੀ ਇੱਜ਼ਤ ਖਾਤਰ ਕੀਤੀ। ਮੈਂ ਕਬੂਤਰ ਨੂੰ ਤਾਂ ਤਿਆਰ ਕੀਤੇ, ਬਾਜ਼ੀ ਉੱਡੀ ਭਾਜੀ ਉਹਦੇ ਨਾਲ, ਆਪਣਾ ਜ਼ਾਕਰ ਨਾਨਾ ਵਾਲੇ ਨਾਲ, ਉਹਦੇ ਕਬੂਤਰ ਚੰਗੇ ਉੱਡਦੇ ਸੀ, ਜ਼ਾਕਰ ਨਾਨੇ ਨਾਲ ਬਾਜ਼ੀ ਸੀ ਇਹਨਾਂ ਦੀ ਭਾਜੀ। ਉਹ ਕਬੂਤਰ ਉਡਾਏ, ਉਹ ਕਬੂਤਰ ਬੈਠਾ ਰਾਤ ਨੂੰ 8 ਵਜੇ ਬਹਿ ਗਿਆ, ਲਿਖਿਆ ਗਿਆ ਮਲਕੇ ਦਾ, ਆਹੋ ਪਹਿਲੀ ਵਾਰੀ ਜਿਹੜੀ ਉਡਾਈ ਸੀ ਉਹ 8 ਵਜੇ ਬੈਠਾ, ਲਿਖਿਆ ਗਿਆ ਕਬੂਤਰ, ਉਹਨੂੰ ਇਹਨਾਂ ਨੇ ਤੋੜੀਆਂ ਮਾਰਨੀਆਂ ਸ਼ੁਰੂ ਕਰਤੀਆਂ, ਖੱਪ ਪਾਈ ਉੱਡ ਕੇ ਨਾਲੇ ਪਾਸੇ ਡਿੱਗ ਪਿਆ ਜਾ ਕੇ। ਉੱਥੇ ਭੇਜਿਆ ਮੁੰਡੇ ਨੂੰ ਫੜਨ ਵਾਸਤੇ, ਮੁੰਡੇ ਦੀ ਨੀਅਤ ਖਰਾਬ ਸੀ, ਉਹਨੇ ਹੱਥ ਮਾਰਿਆ ਉਹਨੂੰ ਬਿੱਲੀ ਪੈ ਗਈ, ਉਹ ਬਿੱਲੀ ਕੋਲ ਛੁਡਾ ਕੇ ਲਿਆਂਦਾ, ਕਬੂਤਰ ਮਰ ਗਿਆ, ਬੜਾ ਚੰਗਾ ਕਬੂਤਰ ਸੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਬਾਰੀਆਂ ਬੁੱਧੀਆਂ, ਕੱਪ ਮੈਂ ਉਡਾਇਆ ਅਤੇ ਇੱਕ ਮਾਦੀ ਸੀ ਇਹਨਾਂ ਦੀ, ਹਰੀ ਮਾਦੀ ਸੀ, ਉਹ ਅੱਧਾ ਘੰਟਾ ਵੀ ਨਹੀਂ ਉੱਡਦੀ ਸੀ। ਉਹ ਮੈਂ ਨਾ ਜਿਹੜੀ ਮੈਂ ਕਬੂਤਰ ਨਾਲ ਬੰਨਿਆ ਨੂੰ ਦਬਾਅ ਸੀ, ਦਬਾਅ ਨਹੀਂ ਨਹੀਂ ਹਰੀ ਹਰੀ ਦਬਾਅ ਦਿਨ ਦੂਸਰੀ ਮਾਦੀ ਸੀ, ਢਿੱਲੇ ਪਰਾਂ ਦੀ ਹਰੀ ਮਾਦੀ ਸੀ, ਉਹ ਘੰਟਾ ਵੀ ਨਹੀਂ ਉੱਡਦੀ ਸੀ, ਅਤੇ ਨਾਲ ਦਬਾਅ ਦਿਨ ਸੀ ਉਹ ਵੀ ਘੰਟਾ ਡੇਢ ਘੰਟਾ ਉੱਡਦੀ ਸੀ। ਉਹ ਮੈਂ ਉਹਨਾਂ ਨੂੰ ਭੋਰੇ ਪਾਉਣ ਲੱਗ ਪਿਆ, ਮੈਂ ਕਿਹਾ ਮਾੜੀਆਂ ਗਈਆਂ ਚਲੋ ਭੋਰੇ ਭੋਰੇ ਖਾਣ ਗਈਆਂ। ਉਹ ਜਿਹਦੀ ਮੈਂ ਉਡਾਈਆਂ ਉਹ ਭੈਣ ਦੀਆਂ ਗਈਆਂ, 3-3 ਵਜੇ ਬੈਠੀਆਂ ਆ ਕੇ, ਮੈਂ ਉਹਨੂੰ ਦੱਸਿਆ ਹੀ ਨਹੀਂ ਕਿ 3 ਵਜੇ ਬੈਠੀਆਂ ਨੇ। ਮੈਂ ਉਹਨੂੰ ਬਾਕੀ 2 ਮਿੰਟ ਟਿਕ ਦਿੱਤਾ। ਉਹ ਤੋਂ ਬਾਅਦ ਜਿਹੜੀ ਸੀ 4 ਵਜੇ ਬਹਿਣ ਲੱਗ ਪਈ, ਉਹ ਜਿਹੜੀ ਸੀ ਉਹ 6 ਵਜੇ ਬਹਿਣ ਲੱਗ ਪਈ ਅੱਥੂ ਦੇ ਵਿੱਚ। ਭੋਰਿਆਂ ਦੀ ਗੇਮ ਵੇਖ ਲਓ ਕਿੰਨੀ ਵੱਡੀ ਹੈ। ਇਹ ਉਸਤਾਦ ਨੇ ਮੈਨੂੰ ਦੱਸਿਆ ਸੀ ਨਾ, ਮੇਰੇ ਉਸਤਾਦ ਨੇ। ਇਹ ਕੋਈ ਖਾਸ ਭੋਰੇ ਨੇ ਜਾਂ ਰੈਗੂਲਰ ਭੋਰੇ ਨੇ? ਨਹੀਂ ਨਹੀਂ ਖਾਸ ਭੋਰੇ ਨੇ, ਇਹਨਾਂ ਦੀ ਚੀਜ਼ਾਂ ਪੈਂਦੀਆਂ ਨੇ। ਕਿਹੜੀਆਂ ਪੈਂਦੀਆਂ? ਦੇਸੀ ਘਿਓ ਨਾਲ ਬਣਦੇ ਨੇ, ਉਹ ਡੈਰੀ 'ਚ ਲਿਖੇ ਹੋਏ ਨੇ। ਹਾਂ ਦੇਸੀ ਘਿਓ ਨਾਲ ਬਣਦੀਆਂ ਨੇ, ਮਤਲਬ ਕਿ ਮੈਂ ਤੁਹਾਨੂੰ ਗੱਲ ਦੱਸਣਾ ਨਾ, ਉਹ ਮੇਰੀ ਗੱਲ ਸੁਣੋ ਨਾ। ਮੇਰੇ ਯਾਰ ਦੋਸਤ ਹੀ ਹੈ ਆਪਣਾ, ਕੀ ਹੋ ਰਹੀ ਆਪਣਾ ਗੋਗੇ ਨੇ, ਗੋਗਾ ਭਲਵਾਨ ਜਿਹੜਾ ਸੀ ਨਾ, ਉਹਨੇ ਵੀ ਕਬੂਤਰ ਰੱਖੇ ਸੀ ਨਾ, ਅਤੇ ਮੇਰਾ ਯਾਰ ਦੋਸਤ ਸੀ ਬੜਾ। ਉੱਥੇ ਮੈਂ ਜਾ ਕੇ ਉਹਨੂੰ ਇੱਦਾਂ ਦਾ ਉੱਡਦਾ ਸੀ ਨਾ, ਮਾਂ ਬਖਸ਼ਾ ਗਾਮਾ ਦਿੰਦਾ ਸੀ ਉਸ ਵੇਲੇ। ਉਹ ਗੱਲਾਂ ਕਰਦੇ ਹੁੰਦੇ ਸੀ, ਕਬੂਤਰ ਹੋਵੇ ਕੋਈ ਚੀਜ਼ ਹੋਵੇ ਉਹਦੀ ਤਾਕਤ ਹੋਈ ਤਾਂ ਲੜੇ, ਕਬੂਤਰ ਜਾ ਕੇ ਤਾਕਤ ਹੋਈ ਤਾਂ ਉੱਡੇਗਾ। ਮੈਂ ਉਹਨਾਂ ਦੀ ਗੱਲਾਂ ਸਿੱਖ ਕੇ ਨਾ ਮੈਂ ਕਬੂਤਰਾਂ ਨੂੰ, ਦੇਖੋ ਮੇਰੀ ਗੱਲ ਸੁਣੋ, ਜਿਹੜਾ ਅਸਲੀ ਉਸਤਾਦ ਹੈ ਨਾ, ਜਿੰਨੇ ਵੀ ਉਸਤਾਦ ਨੇ ਨਾ ਮੇਰੇ ਭਰਾ ਨੇ, ਉਹਨਾਂ ਨੂੰ ਮੈਂ ਉਹਨਾਂ ਨੂੰ ਦੱਸਣ ਲੱਗਾ ਵਾਂ ਕਿ ਜਿਹੜਾ ਬੰਦਾ ਉਸਤਾਦ 4:30 ਵਜੇ ਕਬੂਤਰ ਨੂੰ ਫਰਾਕ ਦੇ ਦੇਗਾ ਨਾ, ਸੁਬਾਹ ਦੇ ਤਾਂ ਕਿ 9 ਵਜੇ ਕਰੋ ਫਰਾਕ ਖਿੱਚ ਜਾਣ, ਅਤੇ ਐਵੇਂ ਝੂਠ ਮਾਰਦੇ ਨੇ 70 ਗੋਲੀਆਂ ਖਵਾਤੀਆਂ ਮਾਈ, ਇਹਨਾਂ ਜਿੰਨਾ ਕਬੂਤਰ ਉਹਨੇ 70 ਗੋਲੀਆਂ ਮਾਂ ਦੇ ਫੁੱਦਾ 'ਚ ਖਾਣੀਆਂ ਨੇ। ਇਹ ਸਮਝ ਲਵੀ ਭਾਅ ਜੀ ਗੱਲ ਸੱਚੀ ਹੈ, 5 ਤੋਂ 6 ਗੋਲੀਆਂ ਦੇ ਦੀਆਂ ਕਬੂਤਰ ਨੂੰ, ਐਡੀ ਐਡੀ ਗੋਲੀ ਹੁੰਦੀ ਹੈ, 2 ਬਦਾਮਾਂ ਦੀ 1 ਗੋਲੀ ਬਣਦੀ ਹੈ। ਇਹ ਸਮਝ ਲਵੀ, ਅਤੇ ਉਦੋਂ 5-5 ਕਬੂਤਰ ਉੱਡਦੇ ਸੀ, ਅਸੀਂ ਭਾਅ ਜੀ 50 ਬਦਾਮ ਤੋੜ ਕੇ ਚੱਕ ਕੇ ਅਤੇ ਭਿਉਂਦੇ ਸਨ, ਬਾਕੀ ਹੋਰ ਜਿਹੜੀਆਂ ਚੀਜ਼ਾਂ ਸਾਰ ਨੇ ਦੱਸੀਆਂ ਸੀ ਉਹ ਨਾਲ ਭਿਉ ਦਿੱਤੀਆਂ ਸਨ, ਅਤੇ ਭਾਅ ਜੀ ਇਨਸ਼ਾ ਅੱਲਾਹ ਸਾਡੇ ਕਬੂਤਰ ਉੱਡ ਗਏ ਸਨ। ਸਰ ਜੀ ਪਾਣੀ ਦੀ ਅਸੀਂ ਤੁਹਾਡੇ ਕੋਲ ਕੁਛ ਨਹੀਂ ਪੁੱਛਦੇ, ਪਾਣੀ ਦੀ ਕੀ ਗੇਮ ਹੈ, ਕਿੰਨੀ ਮਿਕਦਾਰ 'ਚ ਪਾਣੀ ਦੇਣਾ ਚਾਹੀਦਾ, ਕਿਸ ਹਿਸਾਬ ਨਾਲ ਪਾਣੀ ਦੇਣਾ ਚਾਹੀਦਾ? ਦੇਖੋ ਮੇਰੀ ਗੱਲ ਸੁਣੋ, ਪਹਿਲੇ ਜੀ ਭਾਅ ਜੀ ਤੁਸੀਂ ਸਵੇਰੇ ਫਰਾਕ ਦਿੱਤੀ ਹੈ ਨਾ, ਇਹਨਾਂ ਨੂੰ 5-5 CC ਪਾਣੀ ਦੇਣਾ। ਹੁਣ ਅੱਜ ਕੱਲ੍ਹ ਦੇ ਕਬੂਤਰਬਾਜ਼ ਜਿਹੜੇ ਨੇ ਬੜੇ ਤੇਜ਼ ਕਬੂਤਰਬਾਜ਼ ਸੀ, ਉਹ ਭਾਅ ਜੀ ਸਾਡੇ ਤੋਂ ਵੱਧ ਗਏ ਨੇ, ਅਸੀਂ ਉਹਨਾਂ ਦੀ ਜੋੜ ਹੀ ਆਉਂਦੀ। ਅਸੀਂ ਤਾਂ ਭਾਅ ਜੀ ਦੇਸੀ ਨੁਸਖੇ ਦੇ ਕਬੂਤਰ ਉਡਾਉਂਦੇ ਸਾਂ, ਸਾਡੇ ਜ਼ਮਾਨੇ ਦੇਸੀ ਨੁਸਖੇ ਸਨ, ਗਰਮ ਪਾਣੀ ਦੇਈਦੇ ਸਨ, ਬਾਕੀ ਹੋਰ ਫਰਾਕ ਫਰੂਕ ਦੇਈਦੀ ਸੀ,
ਹੋਰ ਭੋਰੇ ਭੋਰੇ ਪਾਈਦੇ ਸਨ ਤੇ ਕਬੂਤਰ ਸਾਡੇ ਉੱਡਦੇ ਸਨ। ਹੁਣ ਤਾਂ ਬਾਜੀ ਦੀਦੀ ਜੀ ਕਬੂਤਰ ਬਾਜੀ ਹੋ ਗਏ ਆ, ਲੋਕੀ 7:30 ਵਜੇ ਵਾ ਕੇ ਵੀ ਹਰ ਜਾਂਦੇ ਨੇ। ਮੰਨਣ ਵਾਲੀ ਗੱਲ ਹੈ ਨਾ ਭਾਜੀ, ਦੁਨੀਆਂ ਉਸਾਦ ਹੈ ਬੜੀ ਵੱਡੀ, ਅਸੀਂ ਮੰਨਣੇ ਉਸਾਦਾਂ ਨੂੰ ਭਾਜੀ। ਹਾਂਜੀ ਹਾਂਜੀ ਕਰੋ ਗੱਲ ਤੁਸੀਂ। ਅੱਛਾ ਲੋ ਜੀ ਭਾਜੀ, ਉਹ ਜਦੀਮ ਕਬੂਤਰਬਾਜ਼ੀ ਸੀ। ਹੁਣ ਸਾਡੇ ਜ਼ਮਾਨੇ 'ਚ ਸਾਡੀ ਜਦੀਮ ਕਬੂਤਰਬਾਜ਼ੀ ਨਹੀਂ ਸੀ ਹੈਗੀ। ਸਾਡੇ ਜ਼ਮਾਨੇ 'ਚ ਸੂਟ ਪਹਿਲੇ ਉੱਡਦਾ ਹੁੰਦਾ ਸੀ। ਐਸੇ ਜਿਹੜੇ ਵੱਡੇ ਵੱਡੇ ਕਬੂਤਰਬਾਜ਼ ਆਏ ਨੇ, ਆਪਣਾ ਉਹਦੀ ਸਖੀ ਆ ਗਿਆ, ਮਹਿਰ ਆ ਗਏ, ਉਸਾਦ ਜੀ ਦਾ ਆ ਗਿਆ, ਇਹ ਵੱਡੇ ਉਸਤਾਦ ਸਨ। ਇਹਨਾਂ ਨੇ ਕਬੂਤਰਬਾਜ਼ੀ 'ਚ ਰੰਗ ਲਿਆਂਦਾ, ਇਹਨਾਂ ਨੇ ਜੇਲ੍ਹ ਲਾਏ ਨੇ, ਕਿਉਂਕਿ ਪੈਸੇ ਵਾਲੇ ਪੜ੍ਹਦੀਆਂ ਸਨ, ਅੱਛੇ ਕਬੂਤਰਬਾਜ਼ ਸਨ, ਨਾਂਵਰ ਕਬੂਤਰਬਾਜ਼ ਸੀ। ਸਾਡੇ ਜ਼ਮਾਨੇ 'ਚ ਨਾ ਸਭ ਤੋਂ ਅੱਛੇ ਕਬੂਤਰ ਜਿਹੜੇ ਸੀ ਨਾ, ਉਹ ਭਾਜੀ ਨਨਿਆਈ ਵਾਲਿਆਂ ਦੇ ਕਬੂਤਰ ਸੀ, ਅੱਛੇ ਸਨ। ਵਾਹ ਵਾਹ ਵਾਹ, ਸਹੀ ਗੱਲ ਹੈ। ਮੀਆਂ ਜੀ ਸਾਹਿਬ ਦੇ ਉਡਾਣ ਵਾਲੇ ਜਿਹੜੇ ਪਾਰੀਗਰ ਸਨ, ਉਹ ਮਿਸਦੀਨ ਹੋ ਰਹੇ ਸਨ। ਵਾਹ ਵਾਹ ਵਾਹ, ਵੱਡੇ ਨਾਮ ਹੋ ਗਏ ਕੋਈ ਕਬੂਤਰ ਲਾਉਣ ਦੇ ਵਿੱਚ। ਸਹੀ ਕਹਿ ਰਹੇ ਹੋ, ਸਾਡੇ ਜ਼ਮਾਨੇ ਦੇ ਵਿੱਚ ਸਾਡਾ ਉਸਤਾਦ ਵੀ ਸਾਰੇ ਹੱਥ ਸੀ। ਸਾਡੀ ਬੜੀ ਵੱਡੀ ਪਾਰਟੀ ਹੈ, ਬਾਹੂ ਸ਼ਮਸ ਕੋਲੋਂ ਵੱਡੀ ਪਾਰਟੀ ਸਾਡੀ ਹੈਗੀ ਹੈ। ਸਹੀ ਕਹਿ ਰਹੇ, ਆਹਮਣੇ ਸਾਹਮਣੇ ਪੁਰਾਣੀ ਵੀ ਜ਼ਿਆਦਾ ਤੁਹਾਡੀ ਹੈਗੀ। ਆਹੋ, ਦੋ ਤਾਂ ਪਾਰਟੀਆਂ ਸੀ ਲਾਹੌਰ ਦੇ ਵਿੱਚ, ਬਾਨੀ ਹੈ ਜੀ, ਇੱਕ ਬਾਨੀ ਹੈ ਉਸਤਾਦ ਮੇਰਾ। ਹੁਣ ਪੁਰਾਣਿਆਂ ਜਦੋਂ ਦੇਖੋ ਜੀ, ਮੈਂ ਸਾਨੂੰ ਸੜਦਾ ਸ਼ਗਿਰਦ ਆ, ਅਸੀਂ ਉਸਾਦ ਆ ਪੁਰਾਣੇ, ਅਸੀਂ ਉਹਨੂੰ ਅਸੀਂ ਤਾਂ ਮੋਰੀ ਕੋਲ ਨਹੀਂ ਜਾਂਦੇ, ਅਸੀਂ ਮੈਂ ਉਸਾਦ ਕਰਦਾ ਹੀ ਨਹੀਂ। ਮੇਰੇ 5-6 ਸ਼ਗਿਰਦ ਸੀ, ਮੈਂ ਤਾਰੇ ਦੇ ਜ਼ਮਾਨੇ 'ਚ ਉਸਾਦ ਬਣਾ ਦਿੱਤੇ ਸਨ। ਕਿਸ ਮਤਲਬ ਕਿ ਪਹਿਲੇ ਲਾਹੌਰ ਦੇ ਵਿੱਚ ਸੀ, ਤਾਰਕ ਸੀ, ਤਾਰਕ ਦਾ ਭਰਾ ਸੀ, ਇੱਥੇ ਨੰਨਾ ਠੇਕੇਦਾਰ ਸੀ, ਉਹਦਾ ਭਤੀਜਾ ਸੀ, ਕੋਡੀ ਸੀ, ਇੱਥੇ ਆਪਣਾ ਹੈਗਾ ਨਾਸਰ ਮੁੰਡਾ, ਉਹ ਮੇਰਾ ਸ਼ਗਿਰਦ ਸੀ, ਇੱਕ ਉਹਦਾ ਸ਼ਗਿਰਦ ਸੀ, ਉਹ ਹੈਗਾ ਉੱਥੇ ਦਾ ਕਾਨੇ ਦਾ, ਕੀ ਸਮਝ ਲੱਗੇ ਉਹਨਾਂ ਨੂੰ ਨਾਮ ਭੁੱਲ ਗਿਆ ਹੁਣ, ਕੀ ਸਮਝ ਲੱਗੇ। ਸਰ ਜੀ ਸਾਡੀ ਗੱਲ ਉਹ ਵਿੱਚ ਹੀ ਰਹਿ ਗਈ ਕਿ ਸੁਬਾਹ ਤੁਸੀਂ ਖੁਰਾਕ ਦਿੱਤੀ, 5 ਸੀ ਪਾਣੀ ਦੇ ਦਿੱਤਾ, ਅੱਗੋ ਅੱਗੋ ਟੋਪਿਕ ਚੇਂਜ ਹੋ ਗਿਆ ਸੀ। ਉਹਨੂੰ ਸਾਰੀਆਂ ਗੱਲਾਂ ਨੇ ਦੱਸਣੀਆਂ ਕੀ ਹੋ ਗਿਆ, ਉਹ ਅਸੀਂ ਦੱਸ ਦਈਏ ਉਹ ਕੀ ਹੋਇਆ। ਹੁਣ ਕਈ ਕਬੂਤਰ ਬਾਜ਼ ਦੇ ਗਏ, ਉਹਨਾਂ ਦੀ ਆਪਣੀ ਕਬੂਤਰ ਬਾਜ਼ ਸੀ। ਸਰ ਜੀ ਹੁਣ ਵੇਖੋ, ਸਾਡੀ ਆਪਣੀ ਕਬੂਤਰ ਬਾਜ਼ ਸੀ, ਅਸੀਂ ਛੱਡ ਦਿੰਦੇ ਹਾਂ ਗੱਲ ਨੂੰ। ਸੁਬਾਹ ਨੇਰ ਚੱਲਣਾ, ਸੁਬਾਹ ਨੇਰ ਚੱਲਣਾ, ਸਾਨੂੰ ਪਤਾ ਹੈ, ਉਹ ਨਹੀਂ ਚੱਲਦਾ ਪੈਗ ਸਾਹਿਬ ਦਾ ਚੱਲਣਾ ਨਾ। ਪਰ ਭਾਜੀ ਜਿਹੜਾ ਗਰਮ ਪਾਣੀ ਤੁਸੀਂ ਦਿੱਤਾ ਨਾ ਕਬੂਤਰ ਨੂੰ, ਰਾਤ ਸ਼ਾਮ ਵੇਲੇ ਦੋਰੀ 'ਚ ਪਾ ਕੇ ਬੈਕ ਸਾਈਡ ਤੇ, ਉਹ ਇੱਕ ਢੱਕਣ ਅਸੀਂ ਪਾਉਂਦੇ ਹੁੰਦੇ ਸਾਂ ਬਣਾ ਕੇ, ਪੂਰੀ ਦੋਰੀ ਦੇ ਵਿੱਚ ਇੱਕ ਢੱਕਣ, ਉਹਦਾ ਪਾਣੀ ਗਰਮ ਬਣਦਾ ਨਾ, ਇੱਕ ਢੱਕਣ। ਉਹ ਭਾਜੀ ਮਿਸੀ ਦੀਨ ਹੋਰੀ ਬਣਾਉਂਦੇ ਹੁੰਦੇ ਸੀ, ਤੇ ਮੈਂ ਜਾਂਦਾ ਸੀ ਤਾਂ ਮੈਨੂੰ ਆਪਣਾ ਮਤਲਬ ਪੁੱਤਰ ਬਣਾ ਲਿਆ ਸੀ, ਜਦੋਂ ਕੱਪ ਮੈਂ ਜਿੱਤਿਆ ਸੀ ਉੱਥੇ ਸਨ 80 ਦੇ ਵਿੱਚ ਬੁਰਜ ਕਲਾਂ ਤੋਂ, ਚੋਰੀ ਮਨੂਰ ਦੀ ਛੱਤ ਤੋਂ, ਉਹ ਮੈਂ ਜਾਣਾ ਉਹਨਾਂ ਕੋਲ, ਉਹਨੇ ਮੈਨੂੰ ਕਿਹਾ ਲੈ ਪੁੱਤਰ ਇਹ ਪਾਣੀ ਜਿਹੜਾ ਨਾ ਦੇਈਦਾ 4 ਵਜੇ, ਕਬੂਤਰਾਂ ਨੂੰ ਪਿਆਸੇ ਰੱਖ ਕੇ ਨਾ, ਅਤੇ ਇੱਕ ਢੱਕਣ ਪਾਈਦਾ, ਜਿਹਦੇ ਸਿੱਖਾਂ ਦਾ ਨਾਂ ਲਓ ਉਹਨਾਂ ਨੂੰ ਸਿੱਖਿਆ ਸੀ ਕੰਮ। ਸਹੀ ਗੱਲ ਹੈ, ਉਹਦੇ ਮੇਰੇ ਨਸੀਬ ਸੀ, ਮੈਂ ਕੱਪ ਜਿੱਤ ਗਿਆ ਉੱਥੇ ਜਾ ਕੇ, ਮੈਂ ਉਹ ਫਾਲ ਆਦਮੀ ਸੀ, ਉਹਨਾਂ ਨੂੰ ਪਹੁੰਚ ਹੀ ਸਕਦਾ ਸੀ, ਉਹ ਦੱਸ ਕੇ ਗਏ ਸੀ ਕਿ ਮੁੰਡਾ ਬੜਾ ਹੁਸ਼ਿਆਰ ਹੈ, ਇਹਨੇ ਕਬੂਤਰ ਤਿਆਰ ਕੀਤੇ ਨੇ, ਇਹਦਾ ਸਾਡਾ ਮੁਕਾਬਲਾ। ਵਾਹ, ਦੱਸ ਕੇ ਗਏ ਸੀ ਉਹ, ਸਾਡੀ ਮਾਦੀ ਬੈਠੀ 6:15 ਵਜੇ, ਭੰਟੀ ਨਾਂ ਸੀ ਮਾਦੀ ਦਾ, ਇਹ ਮਤਲਬ 44-45 ਸਾਲ ਦੀ ਗੱਲ ਹੈਗੀ ਹੈ। ਅਤੇ ਉਹ ਗਰਮ ਪਾਣੀ ਮਿਸਤਰੀ ਸਾਹਿਬ ਨੇ ਦੱਸਿਆ, ਉਹਨਾਂ ਨੇ ਦੱਸਿਆ ਸੀ ਮੈਨੂੰ। ਉਹ ਠੰਡਾ ਠੰਡਾ ਵੀ ਕਰਦੇ ਸੀ ਅੱਜ ਆਪਣੇ ਦੌਰ 'ਚ, ਜਾਂ ਆਹੋ ਠੰਡਾ ਕਰੀਦਾ ਸੀ ਸਵੇਰ ਨੂੰ ਠੰਡੇ ਪਾਣੀ, ਨਹੀਂ ਨਹੀਂ ਜਾਣ ਲੱਗੇ ਸਦਾਈ ਦੇਈਦੀ ਸੀ, ਉਹ ਤਾਂ ਮੇਰੇ ਸਰਫਾਦ ਨੇ ਦੱਸਿਆ ਨੇ ਸਦਾਈ ਸਦੂਈ ਦਾ, ਅਤੇ ਦਿਨ ਨੂੰ ਵੀ ਦਿਨ 2 ਵਜੇ ਦਾਣੇ ਦਾ, ਨਹੀਂ ਨਹੀਂ 10 ਵਜੇ, 2 ਵਜੇ ਦਾਣੇ ਉਹਨਾਂ ਦਾ ਗਰਮ ਕਰੀਦਾ ਸੀ ਕਬੂਤਰ ਨੂੰ, 10 ਵਜੇ ਨਾਲ ਸਦਾਈ ਦੇਈਦੀ ਸੀ, 5-5 ਸੀ ਦੇ ਕੇ ਕਬੂਤਰ ਛਾਵੇਂ ਕਰ ਦਈਦਾ ਸੀ, ਤਾਂ ਕਿ
ਤਾਂ ਪਛਣਾ ਲੱਗੇ ਕਬੂਤਰ ਨੂੰ ਤਾਰਾਂ ਲੱਗੇ ਕਿਉਂਕਿ ਅੰਦਰ ਪੋਟਾ ਹੀ ਠੰਡਾ ਪਾਣੀ ਗਿਆ ਆਵੇ ਧੁੱਪੇ ਕਬੂਤਰ ਨੂੰ ਪਾਵਾਂਗੇ ਤੇ ਫਿਰ ਉਹ ਕਬੂਤਰ ਨੂੰ ਤਾਹ ਲੱਗ ਜਾਂਦਾ ਧੁੱਪ ਛਾਂ ਦਾ ਵੀ ਬੜਾ ਸਿਸਟਮ ਦੱਸ ਰਿਹਾ ਨਾ ਵੀ ਸਿੱਖ ਲੈਣਾ ਉਹਨੂੰ ਪਤਾ ਲੱਗੇ ਕਿ ਮੈਂ ਸਹੀ ਗੱਲ ਦੱਸ ਰਿਹਾ ਵਾਂ ਕੋਈ ਮੈਂ ਗਲਤ ਗੱਲ ਨਹੀਂ ਦੱਸ ਰਿਹਾ ਇਹ ਕਬੂਤਰ ਨੂੰ ਪੰਜ ਵਾਰੀ ਧੁੱਪੇ ਕਰੀਦਾ ਪੰਜ ਵਾਰੀ ਛਾਵੇਂ ਕਰੀਦਾ ਜੇੜ ਦੇ ਵਿੱਚ ਗਰਮੀ ਪੈਂਦੀ ਹੋਵੇ ਤਾਂ ਫਿਰ ਕਿੰਨੇ ਕਿੰਨੇ ਮਿੰਟ ਵਾਸਤੇ ਇਹ ਕਰੀਦਾ ਕੋਈ ਤਿੰਨ ਤਿੰਨ ਘੰਟੇ ਬਾਅਦ ਦੋ ਦੋ ਘੰਟੇ ਵਾਸਤੇ ਡੇਢ ਡੇਢ ਘੰਟੇ ਵਾਸਤੇ ਐਸੇ ਸਾਰਾ ਦਿਨ ਨਹੀਂ ਲੰਘ ਜਾਏਗਾ ਨਹੀਂ ਸਵੇਰੇ ਜੀ ਫਰਾਕ ਦਿੱਤੀ ਹੈ ਕਬੂਤਰ ਛਾਵੇਂ ਕਰ ਦਿੱਤੇ ਨੇ ਤੁਸੀਂ ਹੁਣ ਦੇਖਣਾ ਅੰਦਰ ਵੜ ਕੇ ਕਬੂਤਰਾਂ ਨੂੰ ਜਾ ਕੇ ਕਿ ਉਹਨਾਂ ਨੇ ਫਰਾਕ ਖਤਮ ਕਰ ਲਈ ਹੈ ਨਹੀਂ ਕੀਤੀ ਤਾਂ ਉਹਨਾਂ ਪੰਜ ਪੰਜ ਸੀਸੀ ਪਾਣੀ ਦੇ ਦਿਓ ਜਿਹੜੇ ਕਬੂਤਰ ਨੇ ਨਾ ਕੀਤੀ ਹੋਵੇ ਉਹਨੂੰ ਅੰਦਰ ਰਹਿਣ ਦਿਓ ਮੁੜ ਕੇ ਉਹਨੂੰ ਧੁੱਪੇ ਕੱਢੋ ਉਹ ਧੁੱਪ ਸਿੱਕਣੇ ਅੱਧਾ ਘੰਟਾ ਕੀ ਟਾਈਮ ਹੈਗਾ ਅੱਧਾ ਘੰਟਾ ਮੁੜ ਕੇ ਪਾਣੀ ਪਿਆਓ ਉਹਨਾਂ ਨੂੰ ਪਿਆ ਕੇ ਫਿਰ ਛਾਵੇਂ ਕਰ ਦਿਓ ਫਿਰ ਉਹਨੂੰ ਬਾਜੀ ਦੇ ਠੰਡਾ ਪਾਣੀ ਲੈਣਾ ਤੁਸੀਂ ਬਣਾ ਕੇ ਉਹਦੇ ਬਾਹਰ ਧੁੱਪੇ ਕੱਢੋ ਕੱਢ ਕੇ ਧੁੱਪ ਸਕਾਓ ਅੱਧਾ ਘੰਟਾ ਹੁਣ ਤੁਹਾਨੂੰ ਨਾ ਗੌਰ ਨਾ ਕੋਈ ਛੇ ਘੰਟੇ ਨਹੀਂ ਸਿਖਾਉਣਾ ਕਬੂਤਰ ਨੂੰ ਕਬੂਤਰ ਸੜ ਜਾਏਗਾ ਮੈਂ ਇਹ ਵਾ ਜਿਹੜਾ ਸਾਰਾ ਦਿਨ ਜਾਲ 'ਚ ਪਿਆ ਰਹੇਗਾ ਅਤੇ ਉਹਦੇ ਛੋਟੀਆਂ ਛੋਟੀਆਂ ਜਾਲੀਆਂ ਬਣਾਈਆਂ ਹੁੰਦੀਆਂ ਸਨ ਅਤੇ ਉਹਨਾਂ ਦੀ ਵਾੜ ਕੇ ਕਬੂਤਰ ਨੂੰ ਸਾਵੇਂ ਖੁੱਡੇ 'ਚ ਕਰ ਦਿੱਤਾ ਸੀ ਆਹ ਜੇੜ ਦੀ ਹਾਂ ਜੇੜ ਦੇ ਹਾੜ ਵੀ ਮੈਂ ਉਡਾਇਆ ਹੋਇਆ ਵੇ ਮੈਂ ਤਾਂ ਰੋਜ਼ ਦੀ ਬਾਜ਼ੀ ਉਡਾਈ ਉੱਥੇ ਲਖਣਵਾਲ ਦੇ ਵਿੱਚ ਉਹ ਉਸਤਾਦ ਕਰਾਮ ਸੀ ਉੱਥੇ ਦਾ ਸਿਆਲਕੋਟ ਦਾ ਉਹ ਅੱਜ ਕੱਲ੍ਹ ਵੀ ਮੇਰਾ ਦਿੰਦਾ ਹੀ ਹੈਗਾ ਟਰੱਕਾਂ ਲੈਂਦੇ 'ਤੇ ਹੁੰਦਾ ਉਹਨੇ ਆ ਕੇ ਟੱਲੀ ਵਾਲਾ ਕਬੂਤਰ ਉਡਾਇਆ ਸੀ ਉਹਨੇ ਕਿਹਾ ਸੀ ਇਹਦੇ ਨਾਲ ਰੋਜ਼ ਦੀ ਬਾਜ਼ੀ ਲਾਓਗੇ ਫਿਰ ਜਿੱਤੋਗੇ ਉਹ ਸਮੁੰਦਰ ਕੋਟ ਹੋਇਆ ਸੀ ਰੋਜ਼ ਦੀ ਬਾਜ਼ੀ ਵਾਲਾ ਸਮੁੰਦਰ ਕੋਟ ਵੱਡਾ ਹੀ ਕੋਟ ਆਹੋ ਬਈ ਰੋਜ਼ ਦੀ ਬਾਜ਼ੀ ਲੱਗੀ ਨਾ ਉਹਦੇ 'ਚ ਬਾਜ਼ੀ ਸ਼ਰਤ ਲੱਗੀ ਸੀ ਕਿ ਇੱਕ ਬਾਜ਼ੀ ਵੀ ਜਿਹੜਾ ਜਿੱਤ ਜਾਏਗਾ ਨਾ ਫਿਰ ਬਾਜ਼ੀ ਵੱਖਰੀ ਵੱਖਰੀ ਹੋ ਜਾਏਗੀ ਉਹਦੇ 'ਚ ਸਮੁੰਦਰ ਕੋਟ ਨਹੀਂ ਹੋਏਗਾ ਫਿਰ ਉਹ ਭਾਜੀ ਮੈਂ ਠਾਉਂ 'ਤੇ ਜਿੱਤ ਗਿਆ ਉਹਨਾਂ ਨੂੰ ਸਾਜੀ ਤੁਸੀਂ ਪੁਰਾਣੇ ਉਸਤਾਦ ਹੋ ਤਾਰਕ ਸਾਹਿਬ ਨਾਲ ਵੀ ਸਾਡੀ ਇਸ ਟੌਪਿਕ ਤੇ ਨਾ ਬੜੀ ਗੱਲਬਾਤ ਹੋਈ ਤੁਸੀਂ ਪਲਟਾਏ ਨੇ ਕਦੀ ਕਬੂਤਰ ਨਹੀਂ ਭਾਜੀ ਦੇਖੋ ਮੇਰੀ ਗੱਲ ਸੁਣੋ ਮੈਂ ਸਾਰਾ ਕੁਝ ਦੱਸਣ ਲੱਗਾ ਨਾ ਤਾਂ ਕਿ ਮੈਂ ਉਸਤਾਦ ਹਾਂ ਮੈਂ ਕਿਉਂ ਲਗਵਾਵਾਂ ਮੈਂ ਰਹੀ ਉਹਨਾਂ ਨਹੀਂ ਉਮਰ ਹੋਈ ਅਰੇ ਕੱਲ੍ਹ ਨੂੰ ਮਰਨਾ ਘੰਟੇ ਨੂੰ ਮਰਨਾ ਕਿਸੇ ਮਰਨਾ ਮਰ ਤਾਂ ਜਾਣਾ ਹੀ ਹੈ ਨਾ ਅਸੀਂ ਉਸਤਾਦਾਂ ਕੋਲ ਸਿੱਖਿਆ ਅਸੀਂ ਸਾਰਿਆਂ ਨੂੰ ਦੱਸ ਦਈਏ ਦੇਖੋ ਭਾਜੀ ਮੈਂ 3 ਵਜੇ ਉੱਠ ਕੇ ਨਾ ਬਦਾਮ ਛਿੱਲਣੇ ਸ਼ੁਰੂ ਕਰ ਦਿੰਦਾ ਸੀ ਮੈਂ ਕੱਲ੍ਹ ਮੈਂ ਕਿਸੇ ਬਸਾਹ ਨਹੀਂ ਖਾਂਦਾ ਸੀ ਅਗਰ ਮੈਂ ਕਿਸੇ ਕਬੂਤਰ ਵੀ ਉਡਾਉਂਦਾ ਸੀ ਮੈਂ ਚਾਬੀ ਆਪਣੇ ਕੋਲ ਲੈਂਦਾ ਸੀ ਨਾਲ ਹੁਣ ਮੈਂ ਦੱਸਦਾ ਤਾਂ ਖੁੱਡੇ 'ਚ ਨਹੀਂ ਕਿਸੇ ਨੇ ਬਣਨਾ ਇਹ ਸਮਝ ਲੱਗੀ ਮੈਂ ਭਾਜੀ 3:30 ਵਜੇ ਆਪੇ ਉੱਠਦਾ ਸੀ ਆਪੇ ਮੈਂ ਫਰਾਕ ਬਣਾਉਂਦਾ ਸੀ ਫਰਾਕ ਜੋ ਉਸਲੇ ਮੈਂ ਰੱਖਣ ਦੀ ਬੰਦ ਕਰਦਾ ਸੀ ਜਿਹੜੇ ਫਰਾਕ ਡੰਡੇ ਮਗਰ ਦੌੜਨਾ ਸ਼ੁਰੂ ਕਰ ਦਿੰਦੇ ਸੀ ਮੁਲਾਇਮ ਹੋ ਜਾਂਦੇ ਸੀ ਫਿਰ ਉਹ ਮੁਲਾਇਮ ਜ਼ਰਾ ਨਹੀਂ ਸੀ ਰਹਿ ਜਾਂਦਾ ਹਾਂ ਮੈਂ ਭਾਜੀ ਆਰਾਮ ਨਾਲ ਪੰਜ ਚਾਰ ਚਾਰ ਗੋਲੀਆਂ ਬਣਾਉਣੀਆਂ ਕਬੂਤਰਾਂ ਦੀਆਂ ਪੰਜ ਦੇ ਕਬੂਤਰ ਹੁੰਦੇ ਸਨ ਬਣਾ ਕੇ ਉਹਨਾਂ ਨੂੰ ਦੇ ਦੇਣੀਆਂ ਉਦੋਂ ਪੰਜ ਵਜੇ ਸੀ ਦੇ ਕੇ ਕਬੂਤਰ ਛਾਵੇਂ ਕਰ ਦੇਣੇ ਨੇ ਫਿਰ ਮੈਂ 9 ਵਜੇ ਕੱਢਦਾ ਸੀ ਅੱਧਾ ਘੰਟਾ ਧੁੱਪ ਲਵਾਈ ਹੈ ਫਿਰ ਸਾਦਾ ਪਾਣੀ ਦਿੱਤਾ ਉਹਨਾਂ ਨੂੰ ਜਿਹੜਾ ਸਾਲ ਅਰਕ ਦੱਸਦਾ ਸੀ ਉਹ ਪਾ ਕੇ ਉਹਨਾਂ ਅਰਕ ਪਾਈਦਾ ਜਿੰਨਾ ਉਹ ਦੱਸਦੇ ਸੀ ਜ਼ਿਆਦਾ ਨਹੀਂ ਪਾਈਦਾ ਸੀ ਉਹ ਕਹਿੰਦੇ ਕਬੂਤਰ ਜ਼ਿਆਦਾ ਠੰਡਾ ਨਾ ਹੋ ਜਾਵੇ ਜੂ ਨਾ ਜਾਵੇ ਉਹਨੂੰ ਛਾਵੇਂ ਕਰ ਦਿੱਤਾ ਸੀ ਫਿਰ ਅੱਧਾ ਘੰਟਾ ਧੁੱਪ ਲਵਾਈ ਸੀ ਉਹਨਾਂ ਨੂੰ ਇਹ ਕੁੰਡੇ ਸੇਕਦੇ ਸਨ ਆ ਕੇ ਬਾਹਰ ਟਕੋਰ ਚਕੋਰ ਕਰਨ ਦੀ ਲੋੜ ਨਹੀਂ ਮੈਂ ਕਦੇ ਕਬੂਤਰ ਸੇਕਿਆ ਪੁੱਛ ਲਓ ਇਹਨਾਂ ਨੂੰ ਮੈਂ ਨਹੀਂ ਕਬੂਤਰ ਸੇਕਿਆ ਕਦੇ ਵੀ ਕਿਉਂਕਿ ਮੈਂ ਆਪਣੇ ਸਾਗ ਦੀ ਮਾਰ ਖਾਧੀ ਸੀ ਮੈਂ ਸਿਰਪ ਆਇਆ ਸੀ ਆਪਣੇ ਸਾਗ ਨੂੰ ਮਾਰ ਖਾ ਲਈ ਸੀ ਲੋ ਜੀ ਭਾਜੀ ਉਹ ਫਿਰ ਚੱਲ ਪਿਆ ਅੱਛਾ ਸੁਣੋ ਗੱਲ ਕਿ ਮੁੜ ਕੇ ਭਾਜੀ ਉਹਨੂੰ 11 ਵਜੇ ਕੱਢੀਦਾ ਸੀ 11 ਵਜੇ ਕੱਢੀਦਾ ਸੀ ਕਬੂਤਰਾਂ ਨੂੰ ਅਤੇ ਠੰਡਾ ਪਾਣੀ ਦੇ ਦਿੰਦਾ ਸੀ ਭਾਜੀ 3-3 CC 4-4 CC ਦੇ ਕੇ ਅਤੇ ਕਬੂਤਰ ਛਾਵੇਂ ਕਰ ਦਿੰਦੇ ਸੀ ਫਿਰ ਭਾਜੀ 1:30 ਵਜੇ ਕੱਢੀਦਾ ਸੀ
ਯਾਦ ਕਰੋ ਕਿ ਸਾਲ ਆਲਾ ਅੱਖਾਂ ਸਾਨੂੰ ਦੱਸਦਾ ਪਿਆ, ਜਿਹਨੇ ਮੇਰੇ ਸਾਲ ਭਰਾ ਨੇ ਜਾਂ ਸ਼ਗਿਰਦ ਵੀ ਜਿਹੜਾ ਦੇਖੇਗਾ ਉਹ ਕਹੇਗਾ ਉਸਤਾਦ ਨੇ ਸਾਨੂੰ ਦੱਸਿਆ। ਮੈਂ ਭਾਅ ਜੀ 11 ਵਜੇ ਪਾਣੀ ਦੇ ਕੇ ਛਾਵੇਂ ਕਰ ਦਿੰਦਾ ਸੀ ਉਸਤਾਦ ਦੇ ਕਹਿਣ ਦੇ ਉੱਤੇ, ਫਿਰ ਭਾਅ ਜੀ ਮੈਂ ਉਹਨਾਂ ਨੂੰ 1:30 ਵਜੇ ਕੱਢਦਾ ਸੀ, ਅੱਧਾ ਘੰਟਾ ਤੋਂ ਮਿਲ ਗਿਆ ਧੁੱਪ ਸੁਕਾਉਂਦਾ ਸੀ ਅਤੇ ਬਾਜਰਾ ਮੈਂ ਭਾਅ ਜੀ ਬੋਰੀ ਉੱਤੇ ਪਾਉਂਦਾ ਸੀ ਅਤੇ ਕਬੂਤਰ ਬਾਹਰ ਕੱਢਦੇ ਥੱਲੇ ਬੋਰੀਆਂ ਵਿਛਾਉਂਦਾ ਸੀ ਕਿ ਇਹਨਾਂ ਦੀ ਵਿੱਠ ਚੈੱਕ ਕਰਨੀ ਹੈ ਕਿ ਵਿੱਠ ਕਿਹੋ ਜਿਹੀ ਕਰਦੇ ਨੇ, ਵਿੱਠ ਕਿਹੋ ਜਿਹੀ ਕਰਦੇ ਨੇ, ਵਾਹ 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 ਵਿੱਠ ਕਿਹੋ ਜਿਹੀ ਕਰਦੇ ਨੇ। ਐਂ ਭਾਅ ਜੀ ਫਿਰ ਉਸਤਾਦ ਨੂੰ ਦੱਸਣ ਜਾ ਕੇ ਉਸਤਾਦ ਜੀ ਉਹਨਾਂ ਨੇ ਗੋਲ ਵਿੱਠ ਕੀਤੀ ਹੈ, ਜੇ ਕਿਸੇ ਨੇ ਹਰੀ ਵਿੱਠ ਕਰਨੀ ਹੈ ਤੁਹਾਨੂੰ ਦੱਸ ਦੇਣਾ ਉਸਤਾਦ ਜੀ ਇਹਨਾਂ ਨੇ ਹਰੀ ਵਿੱਠ ਕੀਤੀ ਹੈ। ਮੁਰਗੇ ਦਾਣਾ ਚੁੱਕ ਲਈਦਾ, ਕਬੂਤਰ ਓਨੇ ਹੀ ਪਾਈਦਾ ਜਿੰਨੇ ਬਾਜ਼ੀ ਪਾਣੇ ਨੇ, 5 ਕਬੂਤਰ ਪਾਣੇ ਨੇ, 5 ਉੱਥੇ ਪਾਣੇ ਨੇ ਦਾਣੇ ਦੇ ਵਿੱਚ, 7 ਕਬੂਤਰ ਪਾਣੇ ਨੇ 7 ਹੀ ਪਾਣੇ ਨੇ, 8ਵਾਂ ਕਬੂਤਰ ਨਹੀਂ ਪਾਉਣਾ। ਕੀ ਸਮਝ ਲੱਗੀ? ਹਾਂ ਜੇ ਬੱਚਾ ਵਿੱਚ ਪਾਉਣਾ 8ਵਾਂ ਤਾਂ ਬੱਚਾ ਵਿੱਚ ਪਾ ਦਿਓ, 7 ਮਿੰਟ ਦਾਣਾ ਪਾਈਦਾ। ਮੁੜ ਕੇ ਭਾਅ ਜੀ ਉਹਨਾਂ ਨੇ ਗਰਮੀ ਹੁੰਦੀ ਪਾਣੀ ਟੀਕਾ ਲਾ ਕੇ ਪੀਣਾ, ਉਹਨਾਂ ਨੇ ਭਾਅ ਟੀਕਾ ਲਾ ਕੇ ਪਾਣੀ ਪੀਣਾ ਕਬੂਤਰਾਂ ਨੇ, ਫਿਰ ਪੀ ਕੇ ਉਹਨੂੰ ਛਾਵੇਂ ਕਰ ਦੇਈਦਾ, ਫਿਰ ਉਹਨੂੰ 4 ਵਜੇ ਕੱਢੀਦਾ। 4 ਵਜੇ ਕੱਢ ਕੇ ਉਹਨਾਂ ਨੂੰ ਅੱਧਾ ਘੰਟਾ ਪੂਰਾ 2 ਘੰਟੇ ਨਹੀਂ ਸੁਕਾਉਣੀ, ਅੱਧਾ ਘੰਟਾ ਧੁੱਪ ਸੁਕਾਉਣੀ ਹੈ। ਧੁੱਪ ਬੜੀ ਪੈਂਦੀ ਸੀ ਉਦੋਂ ਭਾਅ ਜੀ, ਕੰਨਾਂ ਸੜਦੀਆਂ ਹੁੰਦੀਆਂ ਸੀ, ਅੰਦਰ ਖੁੱਡੇ ਗਰਮ ਹੋ ਜਾਂਦੇ ਸੀ ਕਬੂਤਰਾਂ ਦੇ। ਉਹਨੂੰ ਅੱਧਾ ਘੰਟਾ ਧੁੱਪ ਸੁਕਾਉਣੀ ਹੈ, ਸੁਕਾਉਣ ਤੋਂ ਬਾਅਦ ਭਾਅ ਜੀ ਗਰਮ ਪਾਣੀ ਪਾਉਣਾ, ਇੱਕ ਢੱਕਣ ਜਾਂ 1.5 ਢੱਕਣ ਪੂਰੀ ਕਾਲੀ ਭਰਨੀ ਹੈ, ਉਹ ਪਾਣੀ ਨੂੰ ਚੱਖਣਾ। ਤੁਹਾਨੂੰ ਦੱਸਿਆ ਹਾਂ ਕਿੰਨਾ ਕੁ ਜ਼ਿਆਦਾ ਤਾਂ ਨਹੀਂ ਪਾਣੀ ਪਾ ਗਰਮ ਪਾਤਾ, ਚੱਖਣਾ ਕਿ ਹਲਕਾ ਜਿਹਾ ਮਜ਼ਾ ਆਉਂਦਾ ਪਿਆ ਨਾ ਪਾਣੀ ਦਾ, ਜੈਕਾ ਜੇ ਹਲਕਾ ਆਏਗਾ ਤਾਂ ਠੀਕ ਹੈ, ਜੇ ਜ਼ਿਆਦਾ ਤੇਜ਼ ਆਏਗਾ ਪਾਣੀ ਹੋਰ ਪਾ ਦਿਓ ਸਾਡਾ, ਪਾ ਕੇ ਫਿਰ ਚੱਖੋ। ਇਹ ਚੱਖ ਕੇ ਕਬੂਤਰਬਾਜ਼ੀ ਬੜੀ ਔਖਾ ਕੰਮ ਹੈਗਾ, ਲੇਕਿਨ ਹੁਣ ਭਾਅ ਜੀ ਲੋਕਾਂ ਦਾ ਜਦੀਮ ਕਬੂਤਰਬਾਜ਼ੀ ਹੈ, ਮਿੰਟ 'ਚ ਕਬੂਤਰ ਸ਼ਾਮ ਨੂੰ ਉੱਡ ਕੇ ਆਉਂਦਾ ਅਤੇ ਮਿੰਟ 'ਚ ਸਹੀ, ਲੇਕਿਨ ਇਹਨਾਂ ਨਾ ਸਾਡੇ ਕਬੂਤਰ 5-5 ਸਾਲ ਉੱਡੇ ਨੇ ਉਹੀ 5 ਕਬੂਤਰ, 5-5 ਸਾਲ ਉੱਡੇ ਨੇ। ਕੀ ਸਮਝ ਲੱਗੀ? ਮੈਂ ਤਾਂ ਕਿਸੇ ਕੋਲ ਲੁਕਾਉਂਦਾ ਨਹੀਂ ਕਬੂਤਰਬਾਜ਼ੀ, ਮੇਰੇ ਜਿਹੜੇ ਮੁਖਾਲਫ ਨੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਵੀ ਹਾਂਜੀ ਹਾਂਜੀ ਨਹੀਂ ਹਾਂਜੀ ਕਰਨਾ, ਜੇ ਜਾਓ ਮੌਜ ਕਰੋ ਜਾ ਕੇ, ਮੈਂ ਤਾਂ ਬੁੱਢਾ ਹੋ ਗਿਆ, ਮੇਰੇ ਕੋਲ ਕੀ ਹੈਗਾ। ਸਹੀ ਗੱਲ ਹੈ, ਹੋਰ ਕੋਈ ਸਵਾਲ ਪੁੱਛ? ਇਹੋ ਹੀ ਫਨ ਹੈਗਾ ਵੀ ਜਿਹੜਾ ਮੈਂ ਕੀਤਾ। ਹੁਣ ਹੋਰ ਸਵਾਲ ਨਹੀਂ, ਮੈਂ ਤੁਹਾਨੂੰ ਆਖਰੀ ਗੱਲ ਸੁਣਾ ਦਿੰਦਾ ਵਾਂ। ਇਹ ਤੁਹਾਡੇ ਰਾਜਗੜ੍ਹ ਦਾ ਉਸਤਾਦ ਹੈਗਾ ਉਂਜਰ, ਸਾਡੀਆਂ ਉਹਦੀਆਂ ਬਾਜ਼ੀਆਂ ਲੱਗੀਆਂ ਸਨ, ਚਿੱਤਰ ਦੀਆਂ ਬੱਚਿਆਂ ਦੀਆਂ 4 ਬਾਜ਼ੀਆਂ, ਵਿਸਾਖ ਦੀਆਂ 4 ਬਾਜ਼ੀਆਂ, ਜੇਰ ਦੀਆਂ 7 ਬਾਜ਼ੀਆਂ ਲੱਗੀਆਂ ਸੀ। ਉਹਨੇ ਸਾਨੂੰ ਭਰ ਭਰਾ ਦੇਣਾ ਸੀ, ਉਹਨੇ ਕਹਿ ਦਿੱਤਾ ਸੀ ਮੈਂ ਕਬੂਤਰਬਾਜ਼ੀ ਛੱਡ ਦਿੱਤੀ ਹੈ ਤਾਂ ਮੈਂ ਤੁਹਾਨੂੰ ਭਰ ਭਰਾ ਦੇ ਦਾਂਗਾ। ਉਹ ਆ ਕੇ ਗੱਲ ਕਰਕੇ ਚਲਾ ਗਿਆ, ਉਹ ਨਾ ਆਇਆ, ਬੜੀ ਮੁਸ਼ਕਲ ਫੋਨ ਕਰ ਕਰਕੇ ਬੁਲਾਇਆ ਉਹਨੂੰ, ਕਿ ਉਹ ਆਇਆ ਜੀ ਸਾਡੇ ਕੋਲ ਉੱਥੇ। ਉਹਨੇ ਆ ਕੇ ਕਿਹਾ ਕਿ ਜੀ ਮੈਂ ਤਾਂ ਅੱਲਾ ਕਰਨ ਲੱਗ ਪਿਆ ਵਾਂ, ਮੈਂ ਆਰਾਮ ਨਹੀਂ ਖਾਂਦਾ, ਮੈਂ ਆਰਾਮ ਨਹੀਂ, ਮੈਂ ਜੂਆ ਨਹੀਂ ਖੇਡਦਾ, ਮੈਂ ਪੈਸਾ ਕੋਈ ਨਹੀਂ ਦੇਣਾ, ਵੀ ਤੂੰ ਬਾਜ਼ੀਆਂ ਲਾਈਆਂ ਨੇ, ਬਾਜ਼ੀਆਂ ਦਾ ਭਰ ਭਰਾ ਦਿੰਦਾ ਪਿਆ ਮੈਂ, ਅਤੇ 14 ਲੱਖ ਦੀਆਂ ਬਾਜ਼ੀਆਂ ਨੇ। ਸਰ ਜੀ ਇਹ ਟੋਪਿਕ ਹੀ ਛੱਡਦੀ ਹੈ, ਅਸੀਂ ਆਈਏ, ਤੁਸੀਂ ਕਬੂਤਰ ਤਿਆਰ ਕਿਵੇਂ ਕਰਦੇ ਹੋ? ਕਬੂਤਰ ਤਿਆਰ ਕਿਵੇਂ ਕਰੀਦਾ? ਹਾਂ ਦੱਸੋ ਅੱਜ ਸਾਨੂੰ। ਕਬੂਤਰ ਨੂੰ ਖੁਰਾਕ ਦੇ ਦਈਏ, ਕਬੂਤਰ ਨੂੰ ਦੇਸੀ ਘਿਓ ਪਾਈਦਾ, ਕਬੂਤਰ ਨੂੰ ਸਾਨੂੰ ਮੱਖਣ ਦੇਈਦਾ, ਕਿਹੜਾ ਸਵਾਦ ਮੱਖਣ ਦਿੰਦਾ ਅੱਜ ਕੱਲ੍ਹ ਕੋਈ ਵੀ ਨਹੀਂ। ਅਤੇ ਫਿਰ
ਦੋ ਦੋ ਗੋਲੀਆਂ ਮੱਖਣ ਦੀ ਦੇਣੀ ਰਾਤ ਨੂੰ 12 ਵਜੇ। ਅੱਛਾ ਜੀ। ਗਰਮੀ ਦਾ ਵਿੱਚ ਆਹੋ ਉਹ ਫਿਰ ਤੇ ਉੱਡੇਗਾ ਸ਼ਾਮ ਤੱਕ, ਜੇ ਉਹਦੀ ਤਾਕਤ ਨਹੀਂ ਹੋਣੀ ਉਹਨੂੰ ਉੱਡਣਾ। ਨਾਗੇ ਵਾਲੇ ਦਿਨ ਦੇਣੀਆਂ ਨੇ ਆ ਰਾਤ ਨੂੰ, ਬਾਜ਼ੀ ਵਾਲੇ ਦਿਨ। ਅੱਛਾ ਬਾਜ਼ੀ ਵਾਲੇ ਦਿਨ ਆ ਸਵੇਰੇ ਉੱਡਣਾ ਤੇ ਰਾਤ ਨੂੰ ਦੇਣੀਆਂ ਨੇ। ਤਾਕਤ ਤਾਰ ਹੋਈ ਹੈ, ਤਾਕਤ ਆਵੇ ਨਾ ਉਹਦੇ ਵਿੱਚ, ਹਰ ਚੀਜ਼ 'ਤੇ ਤਾਕਤ ਹੀ ਦੇਣੀ ਉਹਨੂੰ। ਹੁਣ ਜਿਸ ਤਰ੍ਹਾਂ ਗੋਲੀ ਦਿੰਦੇ ਨੇ ਤਾਕਤ ਦੀ, ਸੈਂਟਰ ਨੂੰ ਗੋਲਡ ਹੋਵੇ, ਇਸ ਮਤਲਬ ਲੱਗੇ ਸਾਨੀ ਗੋਲੀ ਹੋਵੇ, ਉਹ ਕਾਲੀ ਗੋਲੀ ਹੋ ਗਈ, ਘੋਲ ਕੇ ਆਏ ਕੁੱਤ ਨੂੰ ਦੇ ਦਿੱਤੀ। ਇਹ ਆਮ ਗੱਲ ਹੋ ਗਈ ਗੋਲੀਆਂ ਦੀ, ਤੇ ਅਸੀਂ ਗੋਲੀਆਂ ਨਹੀਂ ਨਾ ਦਿੰਦੇ ਸੀ, ਅਸੀਂ ਫਰਾਕ ਦਿੰਦੇ ਸੀ, ਅਸੀਂ ਉਹਨੂੰ ਫੜ ਫੜ ਕੇ ਵੇਖੀਦਾ ਸੀ। ਉਹ ਸਾਦ ਹੋਵੇ ਜਿਹਨੂੰ ਪਤਾ ਹੋਵੇ ਮੈਂ ਕਿਸ ਵਜ੍ਹਾ 'ਚ ਕਬੂਤਰ ਉਡਾਇਆ, ਆਏ ਨੂੰ ਉਸ ਵਜ੍ਹਾ 'ਚ ਲਿਆਉਣਾ, ਫਿਰ ਉਹਨੇ ਉੱਡਣਾ, ਉਹ ਫਿਰ ਵੀ ਉੱਡ ਪਏਗਾ। ਫਿਰ ਸਾਜੀ ਵਜ਼ਨ ਫਿਰ ਆਹੀ ਖੁਰਾਕਾਂ ਨੂੰ ਪੂਰੀਆਂ ਕਰਦੇ, ਆਹੋ ਫਰਾਕ ਨੇ ਪੂਰੇ ਕਰੀਦਾ ਸੀ। ਪਾਣੀ ਵਾਲੇ ਦੇਈਦਾ ਨਾ, ਆਏ ਕਬੂਤਰ ਨੂੰ, ਆਏ ਕਬੂਤਰ ਨੂੰ ਪਹਿਲੇ ਪਾਣੀ ਦੇਈਦਾ, ਪਹਿਲੇ ਦੋ ਲੋਕ ਅੱਖਾਂ ਛੱਡ ਦੇਈਦਾ, ਉਸ ਤੋਂ ਬਾਅਦ ਉਹਨੂੰ 2 ਸੀਸੀ ਪਾਣੀ ਦੇ ਦੇਈਦਾ ਕਬੂਤਰ ਨੂੰ। ਦੇਣ ਤੋਂ ਬਾਅਦ 10 ਮਿੰਟ ਬਾਅਦ ਜਾਂ 5 ਮਿੰਟ ਬਾਅਦ ਨਾ ਫਿਰ ਉਹਨੂੰ 5 ਸੀਸੀ ਪਾਣੀ ਦੇਈਦਾ। ਉਹੀ ਜਿਹੜਾ ਸਾਨ ਨੇ ਦੱਸਿਆ ਸਾਨੂੰ ਚੀਜ਼ਾਂ ਪਾ ਕੇ ਦੇਣਾ। ਉਹ ਠੰਡਾ ਪਾਣੀ ਗਰਮ ਪਾਣੀ, ਪਾਣੀ ਤਾਂ ਸਾਦਾ ਹੀ ਹੁੰਦਾ ਨਾ, ਅਤੇ ਵਿੱਚ ਅਰਕ ਪੈਂਦੇ ਨੇ, ਵਿੱਚ 1-2 ਅਰਕ ਪੈਂਦੇ ਨੇ, ਉਹ ਢੱਕਣ ਪਾਈ ਦੇਣਾ ਅਰਕ ਦੇ ਇੱਕ ਗਲਾਸ ਦੇ ਵਿੱਚ, ਉਹ ਗਲਾਸ ਸੇਫ ਹੀ ਰੱਖੀਦਾ ਆਏ ਕਬੂਤਰ ਵਾਸਤੇ। ਉਹ ਜਿਸਲੇ ਕਬੂਤਰ 5 ਸੀਸੀ ਦੇਤਾ ਪਾਣੀ, ਫਿਰ 1/2 ਘੰਟੇ ਬਾਅਦ ਨਾਲ ਉਹਨੂੰ 10 ਸੀਸੀ ਪਾਣੀ ਦੇ ਦੇਣਾ। ਉਹ ਜਿਸਲੇ ਫਿਰੇ ਟੁੱਟਣ ਲੱਗ ਪਏਗਾ ਨਾ, ਦੇਖੋ ਚੁੰਝਾ ਮਾਰਨ ਲੱਗ ਪਿਆ, ਉਹਨੂੰ ਫਿਰ ਫੜ ਕੇ ਵੇਖਣਾ ਵੀ ਹੁਣ ਕਬੂਤਰ ਕੁਛ ਪਾਰਾ ਹੋਇਆ, ਕੁਛ ਪਾਰਾ ਹੋ ਗਿਆ, ਉਹਨੂੰ ਫਿਰ ਭੋਰੇ ਪਾ ਦਿੰਦੇ ਨੇ, ਵੇਟ ਪੂਰਾ 10-15 ਭੋਰੇ। ਫਰਾਕ ਨਹੀਂ ਦੇਈਦੀ ਕਿਉਂਕਿ ਕਬੂਤਰ ਉੱਡ ਕੇ ਆਇਆ ਹੁੰਦਾ, ਛੋਟਾ ਜਿਹਾ ਪੋਟਾ ਹੁੰਦਾ, ਫਰਾਕ ਗੋਲੀਆਂ ਦੇ ਦਾਂਗੇ 4-4, ਉਹਦਾ ਪੋਟਾ ਵੱਜ ਜਾਏਗਾ, ਉਹ ਤਾਲ ਲੱਗ ਜਾਏਗਾ ਉਹਨੂੰ, ਉਹ ਬਿਮਾਰ ਹੋ ਜਾਏਗਾ। ਅਤੇ ਭੋਰੇ ਜਿਹੜੇ ਦੇਣੇ ਦੇਸੀ ਘਿਓ ਦੇ ਨੇ? ਹਾਂ ਦੇਸੀ ਘਿਓ, ਪਾਣੀ ਦੇਸੀ ਘਿਓ ਤਾਂ ਫਿਰ ਤੱਕਦਾ ਨਹੀਂ, ਗਰਮ ਹੋਣਾ ਨਾ ਅੰਦਰੋਂ, ਦੇਸੀ ਘਿਓ ਥਿੰਦਾ ਜਾਂਦਾ, ਜਾਂ ਮੱਖਣ ਵਾਲੇ ਭੋਰੇ ਪਾ ਲਓ, ਆਟਾ ਦੁੱਧ ਚ ਗੁੰਨ ਲਵੋ, ਆਟਾ ਦੁੱਧ ਚ ਗੁੰਨ ਗੁੰਨ ਕੇ ਕਬੂਤਰ ਦੇਸੀ ਘਿਓ ਪਾ ਲਵੋ। ਬਿਲਕੁਲ ਸਹੀ ਕਿਹਾ, ਕਿਸਮਤ ਲੱਗੀ ਜਿੰਨੀ ਫਰਾਕ ਦੇਣੀ ਕਬੂਤਰ ਨੇ ਉਨਾ ਉੱਡਣਾ। ਵਾਹ 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 ਵਾਹ, ਕਿਸਮਤ ਲੱਗੀ ਤੁਹਾਡੀ ਤੇ ਉਸਤਾਦ ਤਾਰਕ ਇੱਕ ਤੋਂ ਹੀ ਥਿਉਰੀ। ਨਹੀਂ ਨਹੀਂ ਭਾਈ, ਬਾਕੀ ਉਸਤਾਦ ਅੱਜ ਕਰਦੇ ਹੀ ਹੋਣਗੇ, ਜਿੰਨਾਂ ਦੇ ਕਬੂਤਰ ਸ਼ਾਮਾਂ ਕਰਦੇ ਨੇ, ਐਵੇਂ ਤਾਂ ਸ਼ਾਮਾਂ ਨਹੀਂ ਨਾ ਕਰਦੇ, ਕਿਸਮਤ ਲੱਗੀ ਅਸੀਂ ਤੇ ਅਸੀਂ ਔਖੇ ਉਸਤਾਦ ਤੇ ਨਹੀਂ ਨਾ ਗਏ, ਅਸੀਂ ਤਾਂ ਭਾਜੀ ਬੁੱਢੇ ਉਸਤਾਦ ਆ, ਹੁਣ ਸਾਨੂੰ ਜਾਣਦਾ ਵੀ ਕੋਈ ਨਹੀਂ ਕਿ ਲਾਲ ਅੱਖਾ ਉਸਤਾਦ ਕਿਹੜਾ ਹੈਗਾ ਜੀ, ਉਸਤਾਦ ਸ਼ਾਦੀ ਲਾਲ ਅੱਖਾ। ਸਾਰੀ ਜ਼ਿੰਦਗੀ 'ਚ ਮੈਚ ਕਿੰਨੇ ਨਾਲ ਫਸਵਾਂ ਪਿਆ ਯਾਰ, ਬੜਾ ਫਸਵਾਂ ਮੈਚ ਸੀ ਉਹ, ਮੈਚ ਫਸਵਾਂ ਪਿਆ ਸੀ ਉੱਥੇ ਆਪਣਾ ਲਖਣਵਾਲ 'ਚ, ਉੱਥੇ ਭਾਗੋਵਾਲ ਦਾ ਉਸਤਾਦ ਰਹਿਮਤੀ ਹੈਗਾ ਸੀ, ਸਾਈਂ ਰਹਿਮਤੀ, ਉਹਨੇ ਸਾਰੇ ਪਿੰਡ ਜਿੱਤੇ ਹੋਏ ਸੀ, ਅਤੇ ਮੈਂ ਵੀ ਸਾਰੇ ਪਿੰਡ ਜਿੱਤ ਗਿਆ ਸੀ ਉਦੋਂ ਉੱਥੇ ਜਾ ਕੇ, ਜਦੋਂ ਮੋਰੀਕੋਟ ਤੋਂ ਸਮੁੰਦਰ ਕੋਟ ਜੂ ਕਰਦੇ ਤਾਂ ਸਾਰੇ ਪਿੰਡ ਜਿੱਤਣ ਵਾਲਾ ਹਿਸਾਬ। ਸਹੀ ਗੱਲ, ਉਹ ਜਿਹੜੇ ਮੇਰੇ ਮੁਹਾਲਾ ਸੀ ਨਾ, ਉਹਦੇ ਕੋਲ ਮੋਰੀਕੋਟ ਸਭ ਤੋਂ ਛੋਟਾ ਕੋਟ ਹੈ। ਅੱਛਾ ਸੁਣਨਾ ਗੱਲ ਨਾ, ਉਹ ਮੇਰੀ ਗੱਲ ਸੁਣੋ ਨਾ ਤੁਸੀਂ, ਉਹ ਸਾਈਂ ਰਹਿਮਤੀ ਕੋਲ ਚਲੇ ਗਏ, ਮੈਂ ਆਇਆ ਸੀ ਕਬੂਤਰ ਕੱਟਣ ਵਾਸਤੇ, ਉੱਥੇ ਪਿੰਡ ਗਿਆ ਸੀ, ਕਿਉਂਕਿ ਸਾਡੀ ਹੁਣ ਜੋੜ ਹੀ ਕੋਈ ਨਹੀਂ ਰਿਹਾ ਤਾਂ ਕਬੂਤਰ ਕੱਟ ਦਈਏ ਜਾ ਕੇ, ਭਾਜੀ ਕਬੂਤਰ ਆਇਆ ਨਾ ਹੋ ਜਾਣ, ਕਿੱਦਾਂ ਕਬੂਤਰ ਸੀ, ਵਿਆਸੀ ਕਬੂਤਰ ਸੀ, ਕਮਾਲ ਹੀ ਉੱਡਦਾ ਸੀ ਉਹ, ਇੱਕ 35 ਵਾਲਾ ਕਬੂਤਰ ਸੀ, ਕਾਲੀ ਕਾਲੀ ਵਾਲਾ ਨਾਂ ਰੱਖਿਆ ਸੀ ਉਹਦਾ ਮੈਂ, ਉਹ ਵੀ 5 ਵਜੇ ਬਹਿੰਦਾ ਸੀ, ਇੱਕ ਚਿੱਟੀ ਮਾਦੀ ਸੀ ਵਿਆਸੀ, ਉਹ ਵੀ 3-4-2.5 ਵਜੇ ਬਹਿੰਦੀ ਸੀ, ਇਸ ਤਰ੍ਹਾਂ ਕਰਕੇ ਕਬੂਤਰ। ਉਦੋਂ ਸਿਆਲਕੋਟੀ ਵਿਆਸੀਆਂ ਦਾ 35 ਵਾਲਿਆਂ ਦਾ ਬੜਾ ਰਿਵਾਜ ਸੀ। ਨਹੀਂ ਕਬੂਤਰ ਸ਼ਾਲ ਉਸਲੇ ਕਬੂਤਰ ਉੱਥੇ ਗਏ ਨਹੀਂ ਨਾ ਹੋਏ ਸੀ ਉਸ ਜ਼ਮਾਨੇ ਦੇ ਵਿੱਚ, ਇੱਥੇ ਇਹਨਾਂ ਦੇ ਹੈਗੇ ਸੀ, ਮੀਆਂ ਨਜ਼ੀਰ ਦੇ ਕਬੂਤਰ ਚੰਗੇ ਸਨ, ਇੱਥੇ ਅਸੀਂ ਅੱਗੇ ਉੱਧਰ ਮੰਗਰਾਂ ਵਾਲੇ ਕਬੂਤਰ ਹੋ ਗਏ, ਮੀਆਂ ਸਾਹਿਬ ਵਾਲੇ ਜਾ ਕੇ ਨਾ, ਨਹੀਂ ਇਹ ਤਾਂ ਜਿਹੜੇ ਚੌਧਰੀ ਨੇ ਕਬੂਤਰ ਰੱਖੇ ਨੇ ਨਾ, ਇਸ ਚੌਧਰੀ ਨੇ ਆਪਣਾ ਸੇਲ ਕਰਨੇ ਸ਼ੁਰੂ ਕੀਤੇ ਨੇ, ਫਿਰ ਇਹ ਕਬੂਤਰ ਗੋਲਡਨ ਘਮੱਗਰ, ਉਹਨਾਂ ਦੇ ਮਿੱਸੇ ਕਬੂਤਰ, ਚਿੜੇ ਕਬੂਤਰ, ਬੂਹੇ ਬਾਰੀਆਂ ਵਾਲੇ ਕਬੂਤਰ, ਕੀ ਸਮਝ ਲੱਗੀ,
ਮਸੀਦੀਨ ਹੋਣਾ ਦੇ ਕਬੂਤਰ ਸਨ, ਇਸ ਮੈਂ ਲਗੀਚੀ ਦੇ ਕਬੂਤਰ ਸਨ, ਇੱਕ ਹੋਰ ਕਬੂਤਰ ਸਨ ਰਹਿ ਕੇ ਕੀ ਨਾਂ ਸੀ ਉਹਨਾਂ ਕਲਸਰੇ ਕਬੂਤਰ ਸਨ, ਉਹਨਾਂ ਦੀ ਕਰਾਸ ਪਾਇਆ ਕੋਨੇ ਵਾਲੇ, ਕੋਨੇ ਵਾਲੇ, ਕੋਨੇ ਵਾਲੇ ਕਲਸਰੇ ਕਬੂਤਰ ਸਨ। ਨਹੀਂ ਨਹੀਂ ਉਹਨਾਂ ਦੀ ਇਹਨੇ ਕਰਾਸ ਪਾਇਆ ਸੀ ਨਾ ਉਹਨਾਂ ਕਬੂਤਰਾਂ ਦੇ ਵਿੱਚ ਅਲੀ ਵਾਲਿਆਂ ਕਬੂਤਰਾਂ ਦਾ। ਅੱਛਾ, ਉਹਦੇ ਸਿੱਧਾ ਡੈਡੀ ਨਾਂ, ਸਿੱਧਾ ਨਾਂ ਸੀ ਨਾ ਹੁੰਦਾ, ਸਿੱਧਾ ਡੈਡੀ ਗਿੱਠਾ ਕਰਦੇ ਸੀ ਨਾ ਹੁੰਦਾ, ਉਹਨਾਂ ਨੇ ਨਾਂ ਲਾਤਾ ਡੈਡੀ ਕਬੂਤਰ, ਜੋ ਮਰਜ਼ੀ ਕਿਸੇ ਨੂੰ ਨਾਂ ਰੱਖ ਲਵੇ। ਹੁਣ ਚੌਦੀ ਸਖੀ ਦਾ ਨਾਂ ਚੱਲਦਾ, ਚੌਦੀ ਸਖੀ ਦੇ ਕਬੂਤਰ ਨੇ, ਅਤੇ ਚੌਦੀ ਸਖੀ ਨੇ ਬਣਾਏ, ਦਿਮਾਗ ਕਾਰੀਗਰ ਆਦਮੀ ਹੈ ਨਾ ਜਿਹਨੇ ਕਬੂਤਰ ਬਣਾਏ ਨੇ, ਇਹ ਕਾਰੀਗਰ ਬੰਦੇ ਸਨ, ਇਹ ਜਿਹੜੇ ਸੀ ਆਪਣਾ ਮੀਨ ਨਜ਼ੀਰ ਹੋਰੀ, ਇਹਨਾਂ ਦੇ ਕਬੂਤਰ ਕਮਾਲ ਸਨ, ਜਾਦੂਗਰ ਕਬੂਤਰ, ਆਹੋ ਬੜੇ ਅੱਛੇ ਕਬੂਤਰ ਸੀ ਇਹਨਾਂ ਦੇ, ਬੜੇ ਫਿਰ ਸਿਆਣੇ ਸਨ। ਇਹਨਾਂ ਨੇ ਜਿਹੜਾ ਕਰਾਸ ਪਾਇਆ ਨਾ, ਜਿਹਨਾਂ ਜੀ ਪਾਇਆ ਉਹਨਾਂ ਨੂੰ ਪਤਾ, ਜਿਹੜੇ ਉਸਤਾਦ ਸਨ ਉਹਨਾਂ ਨੂੰ ਪਤਾ, ਸਾਨੂੰ ਕੀ ਪਤਾ ਹੋਵੇ, ਇਹਨਾਂ ਦੀ ਵਾਪਸੀ ਬੜੀ ਹੋਈ ਹੈ ਫਿਰ ਕਬੂਤਰਾਂ ਦੀ। ਪਹਿਲੇ ਨਾ ਇਹਨਾਂ ਦੇ ਕਬੂਤਰ ਹੀ ਬੜੇ ਉੱਡਦੇ ਸੀ, ਮਸੀਦੀਨ ਉਹਨਾਂ ਦੇ ਮਿੱਸੇ ਕਬੂਤਰ ਸੀ, ਉਹ ਘਰ ਹੀ ਨਹੀਂ ਬਹਿੰਦੇ ਸਨ, ਗੇੜ 'ਚ ਨਹੀਂ ਘਰ ਬਹਿੰਦੇ ਸਨ, ਲੋਕਾਂ ਨੇ ਫੜ ਫੜ ਕੇ ਆਪਣੀਆਂ ਫਾਦੀਆਂ ਬਣਾ ਲਈਆਂ, ਉਹ ਕਿਤੇ ਡਿੱਗਦੇ ਸਨ ਅਤੇ ਫੜੇ ਤੇ ਜਾਂਦੇ ਸਨ ਨਾ ਕਈਆਂ ਨੇ। ਹੁਣ ਦੇਖੋ ਜੇ ਮੇਰੀ ਗੱਲ ਸੁਣੋ, ਹੁਣ ਜਿੰਨੇ ਵੀ ਅਮੀਰ ਆਦਮੀ ਨੇ ਨਾ, ਉਹ ਸਾਰੇ ਉਸਤਾਦ ਨੇ, ਉਹਨਾਂ ਨੇ ਜੋੜੇ ਹੁਣ ਘਰ ਹੀ ਰੱਖੇ ਨੇ, ਉਹਨਾਂ ਨੂੰ ਕਬੂਤਰ ਖਰੀਦਣ ਦੀ ਲੋੜ ਹੀ ਹੈ ਨਹੀਂ। ਸਰ ਜੀ ਉਹ ਫਿਰ ਮੈਚ ਪਿਆ, ਆਹੋ ਮੈਚ ਪਿਆ ਜੀ ਉਹਦੇ ਨਾਲ, ਉਹ ਕਾਲੀ ਘੋੜੀ 'ਤੇ ਆਇਆ, ਕਾਲੇ ਕੱਪੜੇ ਉਹਨੇ ਪਾਏ, ਉਹ ਢੋਲ ਵੱਜਿਆ ਸਾਡੇ ਦਮ 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 ਦਮ, ਉਹ ਭਾਅ ਜੀ ਬੰਦਾ ਆਇਆ ਜੀ ਤੁਹਾਨੂੰ ਉੱਥੇ ਬੁਲਾਉਂਦੇ ਨੇ, ਇਹਨਾਂ ਨੇ ਉਹਨੂੰ, ਮੈਂ ਗਿਆ ਜਦੋਂ ਉਹਨਾਂ ਨੇ ਇਸ਼ਾਰਾ ਕੀਤਾ ਆਇਆ, ਉਹਨੇ ਛਾਲ ਮਾਰੀ ਬੰਦਾ, ਮੈਂ ਫੜ ਲਿਆ, ਫੜ ਲਿਆ ਇਹ, ਮੈਂ ਕਿਹਾ ਛੱਡ ਮੈਨੂੰ, ਮੈਂ ਮੁੰਡਾ ਸੀ ਉਸ ਵੇਲੇ, ਮੇਰੀ ਜਵਾਨੀ ਸੀ, ਮੈਂ ਕਿਹਾ ਛੱਡ ਕੀ ਗੱਲ ਹੈ, ਕਹਿੰਦਾ ਜੀ ਮੈਂ ਸ਼ੌਕ ਕਰਨ ਆਇਆ ਢੋਲਾ ਦਾ, ਮੈਂ ਕਿਹਾ ਮੈਂ ਤੈਨੂੰ ਜਾਣਦੇ ਨਹੀਂ ਭਾਅ ਜੀ ਤੂੰ ਕੌਣ ਹੈਗਾ, ਨਾਲੇ ਮੈਨੂੰ ਪਤਾ ਨਹੀਂ ਤੂੰ ਕਿੱਥੇ ਦਾ, ਉਹਨਾਂ ਕਿਹਾ ਮੈਂ ਭਾਗੋਵਾਲ ਦਾ, ਸਾਈ ਰਹਿਮਤੀ ਮੇਰਾ ਨਾਂ ਹੈ, ਮੈਂ ਉਸਤਾਦ ਹਾਂ ਉੱਥੇ ਦਾ, ਮੈਂ ਕਿਹਾ ਭਾਅ ਜੀ ਮੈਂ ਤਾਂ ਉਸਤਾਦ ਹੀ ਨਹੀਂ, ਮੈਨੇ ਤੂੰ ਤਾਂ ਉਸਤਾਦ ਹੈ, ਮੈਂ ਤਾਂ ਉਸਤਾਦ ਹੀ ਨਹੀਂ ਹੈਗਾ, ਮੈਨੂੰ, ਮੈਂ ਕਿਹਾ ਮੈਨੂੰ, ਮੈਂ ਬਾਦੀਆਂ ਜਿੱਤੇ ਨਾ ਤਾਂ ਮੈਨੂੰ ਲੋਕ ਉਸਤਾਦ ਕਹਿੰਦੇ ਨੇ, ਮੈਂ ਕਿ ਸਾਨੂੰ 90 'ਚ ਉਸਤਾਦ ਬਣਿਆ ਸੀ, ਮੈਂ ਉਦੋਂ 69 ਮੈਂ ਸਾਥ ਤਾਂ ਨਹੀਂ ਨਾ ਸੀ ਉਸ ਵੇਲੇ 69 ਦੇ ਵਿੱਚ, ਜੀ ਬਾਜ਼ੀ ਗੱਲ ਗੱਲ ਲੋ ਜੀ ਉਹਦੀ ਮੇਰੀ ਬਾਜ਼ੀ ਲੱਗ ਗਈ ਕੋਈ ਉਹ ਜ਼ਮਾਨੇ ਦੇ ਵਿੱਚ 3500 ਦੀ, ਵੱਡੀ ਬਾਜ਼ੀ, ਆਹੋ ਮੈਂ ਵੀ ਜੁਆਰੀਆ ਸੀ ਨਾ, ਮੈਂ ਰੇਸੀਆ ਸੀ, ਘੋੜੇ ਘੋੜੇ ਰੱਖੇ ਸੀ ਰੇਸ ਦੇ ਵਿੱਚ, ਅੱਛਾ ਆਹੋ ਅਜੇ ਮੈਂ ਮੈਂ ਜੋ ਵੀ ਰੇਸ ਖੇਡਣਾ ਵਾ, ਮੈਨੂੰ ਸਾਰਾ ਰੇਸ ਕੋਲ ਜਾਂਦਾ, ਸ਼ਾਦੀ ਮਾਮੇ ਤੋਂ ਮੈਂ ਮਸ਼ਹੂਰ ਹਾਂ, ਕਾਫੀ ਮੇਰੇ ਕੋਲ ਰੇਸ ਦੀ ਦੇਖ ਲਓ ਤੁਸੀਂ, ਲਿਖ ਲਿਖਾਇਆ ਹੋਇਆ ਸੀ ਮੈਂ ਹਾਰ ਜਾਵਾਂਗਾ ਤੇ ਮੈਂ ਇਸ ਇਲਾਕੇ ਚ ਕਬੂਤਰਬਾਜ਼ੀ ਨਹੀਂ ਕਰਾਂਗਾ, ਜੇ ਉਹ ਹਾਰ ਜਾਏਗਾ ਉਹ ਕਬੂਤਰਬਾਜ਼ੀ ਨਹੀਂ ਕਰੇਗਾ। ਇਹ ਕੋਈ 20 ਵੱਡੇ ਵੱਡੇ ਬੰਦਿਆਂ 'ਚ ਬੈਠ ਕੇ ਅਤੇ ਇਕੱਠ ਹੋ ਕੇ ਲਿਖ ਲਿਖਾ ਹੋਇਆ ਸੀ, ਪਰਚਾ ਲਿਖ ਲਿਖਾ ਹੋਇਆ ਸੀ ਬਕਾਇਦਾ ਲਿਖ ਕੇ, ਉਹਨੂੰ ਮੈਨੂੰ ਵੀ ਉਦੋਂ ਇਹ ਫੋਟੋ ਕਾਪੀਆਂ ਨਹੀਂ ਹੁੰਦੀਆਂ ਸੀ, ਉਹ ਲਿਖਣਾ ਪੈਂਦਾ ਸੀ, ਲਿਖਣ ਵਾਲਾ ਬੰਦਾ ਲਿਆਂਦਾ ਜਾਂਦਾ ਸੀ ਕਿ ਉਹਦੀ ਗਲਤ ਗੱਲ ਕੋਈ ਨਾ ਹੋਵੇ, ਮੀਂਹ ਨੇਰੀ ਆਏਗੀ ਤਾਂ ਕਬੂਤਰ ਨੀਵਾਂ ਵੀ ਆਏਗਾ ਲਿਖਿਆ ਜਾਏਗਾ, ਬਦਲ ਮੀਂਹ ਨੇਰੀ ਆ ਗਈ ਨਾ, ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ, ਮੈਂ ਇਹ ਸੱਚੀ ਗੱਲ ਹੈ ਬਿਲਕੁਲ, ਮੈਂ ਝੂਠ ਬੋਲਾਂਗਾ, ਮੈਂ ਆਪਣੀ ਕਬਰ ਭਾਰੀ ਕਰਨੀ ਹੈ, ਮੈਨੂੰ ਵੀ ਲੋੜ ਪਈ ਹੈ, ਜਾ ਕੇ ਪੁੱਛ ਲਓ ਉੱਥੇ ਜਾ ਕੇ ਬੰਦਾ ਦਿੰਦਾ ਨਹੀਂ ਹਾਲੇ ਉੱਥੇ ਜਿਹਨਾਂ ਨੂੰ ਮੈਂ ਜਿੱਤਿਆ ਆਇਆ, ਉੱਥੇ ਮੇਰਾ ਸ਼ਗਿਰਦ ਆਸਫ ਭੱਟ ਉਹਨੂੰ ਵੀ ਤਾਰੇ ਨੇ ਸਾਥ ਬਣਾਇਆ ਹੈ ਜਲਾਲਪੁਰ ਜੱਟਾਂ ਦੇ ਵਿੱਚ, ਐਸੇ ਉਹਨਾਂ ਵੀ ਬੜਾ ਨਾਂ ਚੱਲਦਾ ਪਿਆ ਆਸਫ ਭੱਟ ਦਾ, ਜਲਾਲਪੁਰ ਆਹੋ ਫਿਰ ਸਾਜੀ ਕੀ ਬਣਿਆ, ਆਹੋ ਲੋ ਭਾਅ ਜੀ ਉਹ
ਉਹਦੇ ਕਬੂਤਰ ਬਾਜ ਜੇ ਕੋਈ ਸਾਢੇ ਕੋਈ 12 ਵਜੇ ਕਬੂਤਰ ਪੈ ਗਏ ਹੁੰਦੇ ਉਹ ਜਿਹੜੇ ਮੁਖਾਲਫ ਸੀ ਤੁਹਾਡੇ ਮੁਖਾਲਫ ਦੇ ਮੌਸਮ ਠੰਡਾ ਹੋ ਗਿਆ ਬੱਦਲ ਬਣ ਗਿਆ ਉਹਨੇ ਠੰਡੇ ਕੀਤੇ ਸੀ ਕਬੂਤਰ ਵਿਚਾਰੇ ਨੇ ਉਹਦੇ ਕਬੂਤਰ ਪੈ ਗਏ ਉਹ ਦੂਜੇ ਦਿਨ ਮੇਰੀ ਬਾਜ਼ੀ ਉਡਨੀ ਸੀ ਕੋਈ 40-50 ਬੰਦੇ ਆ ਗਏ ਇਕੱਠੇ ਹੋ ਗਏ ਤੋੜ ਸੀ ਥੱਲੇ ਉੱਥੇ ਬੈਠੇ ਨੇ ਟੱਪ ਲੈਂਦਾ ਭਾਜੀ ਦੋ ਪਾਣੀ ਮੰਗਾਈਆਂ ਬਰਫ਼ ਦੇ ਬਲਾਕ ਛੋਟੇ ਛੋਟੇ ਉਹ ਪਾਣੀ 'ਚ ਪਾਏ ਫਿਰ ਲੋਕ ਪਾਣੀ ਪੀਣਗੇ 50-60 ਬੰਦੇ ਆਏ ਨੇ ਵਾਹ 50-60 ਬੰਦੇ ਪਿੰਡਾਂ ਦੇ ਪਿੰਡ ਆਏ ਸੀ ਨਾ ਬਾਜ਼ੀ ਦੇਖਣ ਵਾਸਤੇ ਮਤਲਬ ਬਾਜ਼ੀ ਉੱਡੀ ਖਾਰਮ ਖਾਰੀ ਬਾਜ਼ੀ ਉੱਡੀ ਸੀ ਨਾ ਤੇ ਆ ਦਿਨ ਦੇ ਵਾਏ ਨਾ ਕਿਉਂ ਬਾਜ਼ੀ ਉੱਡੀ ਸੀ ਮਤਲਬ ਕਿ ਮੌਸਮ ਨਹੀਂ ਨਾ ਜਾਣੇ ਸੀ ਅੱਛਾ ਡਾਇਰੈਕਟ ਮਾਲਕ ਭਾਵੇਂ ਚਲੇ ਨਹੀਂ ਨਹੀਂ ਆਹ ਮਾਲਕ ਵੀ ਆ ਕੇ ਬੈਠਾ ਸੀ ਨਾ ਮੈਂ ਤਾਂ ਗਿਆ ਨਹੀਂ ਸੀ ਮੈਂ ਤਾਂ ਕਬੂਤਰ ਤਿਆਰ ਕਰਦਾ ਪਿਆ ਸੀ ਨਾ ਆਪਣੇ ਕੀ ਸਮਝ ਲੱਗੀ ਕਿ ਸਵੇਰੇ ਮੇਰੇ ਕਬੂਤਰ ਉੱਡਣੇ ਨੇ ਅਤੇ ਉਹ ਜਿਹੜੇ ਵਿੱਚ ਬੰਦੇ ਪਏ ਸੀ ਨਾ 15-20 ਬੰਦੇ ਉਹ ਇਕੱਠੇ ਹੋ ਕੇ ਆਏ ਸਨ ਅਤੇ ਪਿੰਡਾਂ ਦੇ ਜੋ ਬੰਦੇ ਆਏ ਸਨ ਉੱਥੋਂ ਕੋਟਰੀਓਂ ਵੀ ਆਏ ਸਨ ਸਾਰੇ ਪਾਸਿਓਂ ਕੰਘਾਂ ਤੋਂ ਆਏ ਸਨ ਪੱਗਵਾਲ ਤੋਂ ਆਏ ਸਨ ਦੁਆੜੇ ਤੋਂ ਆਏ ਸਨ ਬੰਦੇ ਹਾਜੀਕੋਟ ਤੋਂ ਆਏ ਸਨ ਬੰਦੇ ਕੀ ਸਮਝ ਲੱਗੀ ਜਲਾਲਪੁਰੋਂ ਬੰਦੇ ਆਏ ਸਨ ਅੱਛਾ ਜਲਾਲਪੁਰੋਂ ਬੰਦੇ ਆਏ ਸਨ ਭਾਅ ਜੀ ਕੀ ਸਮਝ ਲੱਗੀ ਲਓ ਭਾਅ ਜੀ ਉਹ ਬਾਜ਼ੀ ਉੱਡੀ ਅਤੇ ਉਹਦੇ 12:30 ਬਹਿ ਗਏ ਸੀ ਸਾਡੀ ਮਾਦੀ 1:30 ਨਿਕਲਦੀ ਪਈ ਸੀ ਉੱਥੋਂ ਉਹ ਉੱਠ ਕੇ ਖੜਾ ਹੋਇਆ ਉਹ ਕਹਿੰਦਾ ਸ਼ਾਦੀ ਮੇਰੀ ਗੱਲ ਸੁਣ ਮੇਰਾ ਕਿਸੇ ਨੇ ਲੰਗੋਟਾ ਨਹੀਂ ਪਾੜਿਆ ਪਹਿਲਾਂ ਤੂਫਾਨ ਆਉਣ ਲੱਗਾ ਜੀ ਮੈਂ ਕਿਹਾ ਗੰਡੂ ਪਾਗਲ ਹੋ ਗਿਆ ਇਹ ਸੱਚੀ ਗੱਲ ਸੁਣਾ ਰਿਹਾ ਉੱਥੇ ਸੁਣਨ ਦੇ ਪੜ੍ਹਨਗੇ ਦੇਖਣਗੇ ਸੁਣਨਗੇ ਦੱਸਣਗੇ ਸਾਥ ਸੱਚ ਕਹਿੰਦਾ ਪਿਆ ਉਹ ਬਾਜੀ ਉੱਠ ਕੇ ਖੜਾ ਹੋ ਗਿਆ ਉਹ ਤੂਫਾਨ ਆਉਣ ਲੱਗਾ ਲੋਰੋਂ ਬੰਦੇ ਗਏ ਸੀ ਕੀ ਸਮਝ ਲੱਗੀ ਇੱਥੋਂ ਬਟੇਰ ਬਾਦ ਸੀ ਬੜੇ ਵੱਡੇ ਲੋਰ ਦੇ ਪਾਰਟੀ ਦੇ ਉਹ ਵੀ ਗਏ ਸੀ ਬਾਜੀ ਦੇਖਣ ਵਾਸਤੇ ਉਹ ਸਾਦ ਨੇ ਭੇਜੇ ਸੀ ਨਾ ਸਾਦ ਦੇ ਭਰਾ ਦੇ ਕਬੂਤਰ ਸੀ ਨਾ ਉੱਥੇ ਵਿਖੀ ਸੈਂਡੋ ਦੇ ਉਹ ਭਾਅ ਜੀ ਉਹ ਆਪਣਾ ਉੱਠ ਕੇ ਖਲੋ ਗਿਆ ਉਹ ਮੇਰਾ ਲਗੋਟਾ ਨਹੀਂ ਕਿਸੇ ਨੇ ਪਾੜਿਆ ਆਹ ਤੂਫਾਨ ਲੱਗਾ ਹਨ ਲਓ ਜੀ ਭਾਅ ਜੀ 20 ਮਿੰਟ ਨਹੀਂ ਪੜੇ ਉਹਨੇ ਮੋਟਰਸਾਈਕਲਾਂ ਵੈਸਪਾ ਸਕੂਟਰ ਹੁੰਦੇ ਸੀ ਉਹ ਵੈਸਪਾ ਸਕੂਟਰ ਲੈ ਕੇ ਆਇਆ ਸੀ ਉਹ ਤੂਫਾਨ ਆ ਗਿਆ ਭਾਅ ਜੀ ਕਬੂਤਰ ਭਾਅ ਜਿਹੜੇ ਬੰਦ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਉਹ ਭਾਅ ਜੀ 3 ਕਬੂਤਰ ਮੇਰੇ ਫੜੇ ਗਏ ਮੇਰੀ ਮਾਦੀ ਨਿਕਲੀ ਸੀ ਉਹ ਉਹਨਾਂ ਦੇ ਪਿੰਡੋਂ ਹੀ ਫੜੇ ਗਈ ਪਾਗੋਵਾਲ ਚਿੱਠੀ ਬਾਜੀ ਉਹ ਆਏ ਭਾਜੀ ਉਹ 3 ਕਬੂਤਰ ਲੈ ਆਏ ਉਹਨੇ ਕਿਹਾ 3 ਫੜ ਲੈਣੇ 2 ਨਹੀਂ ਫੜੇ ਗਏ ਉਹ 2 ਕਬੂਤਰ ਸੀ ਬੜਾ ਬੜਾ ਲੰਮਾ ਜਾਂਦੇ ਸੀ ਉਹ ਸ਼ਾਮ ਨੂੰ ਬਹਿੰਦੇ ਸਨ 35 ਕਬੂਤਰ ਸੀ ਅਤੇ 82 ਕਬੂਤਰ ਸੀ ਚਿੱਟਾ ਕਾਲੇ ਕੋਲਾ ਬੜਾ ਮਸ਼ਹੂਰ ਹੋਇਆ ਉੱਥੇ ਕਬੂਤਰ ਉਹ ਫੜੇ ਨਹੀਂ ਗਏ ਮੈਨੂੰ ਪਤਾ ਸੀ ਉਹ ਆਉਣਗੇ ਨੋਈ 3 ਵਜੇ ਧੁੱਪ ਨਿਕਲ ਆਈ ਖੜਾ ਹੋ ਗਿਆ ਜਦੋਂ 4 ਵਜੇ ਨਾ ਤਾਂ ਕਾਲੀ ਕਾਲੀ ਵਾਲਾ ਕਬੂਤਰ ਉੱਧਰ ਨਾ ਜਾ ਰਿਹਾ ਸੀ ਮੈਂ ਉੱਧਰ ਹੀ ਧਿਆਨ ਰੱਖਿਆ ਜਿੱਧਰ ਨੂੰ ਗਏ ਸੀ ਕਬੂਤਰ ਉੱਧਰ ਨੂੰ ਆ ਰਿਹਾ ਸੀ ਮੈਂ ਕਿਹਾ ਉਹ ਕਬੂਤਰ ਆ ਗਿਆ ਦੇਖੋ ਉਦਣਾ ਚਾਹੀਦਾ ਉਹ ਮੈਂ ਥੱਲੋਂ 6 ਲਾਈ ਉਹਨੂੰ ਕੱਟੇ ਕਬੂਤਰ ਮੈਂ ਭੜਕਾਏ ਕੀ ਸਮਝ ਲੱਗੀ ਛੱਡੇ ਸੀ ਬਾਹਰ 10 ਕਬੂਤਰ ਮੈਂ ਭੜਕਾਏ ਉਹ ਇੰਜ ਕਿਦਮ ਡਿੱਗ ਪਿਆ ਆ ਕੇ ਉਹ ਬਾਹਰ ਜੀ ਕਿਤੇ ਫਿਰਦਾ ਹੀ ਥੱਲੇ ਆ ਕੇ 2-2.5 ਘੰਟੇ ਉਹ ਹਾਂਜੀ ਮਰਿਆ ਹੀ ਆ ਗਿਆ ਜਿਸ ਤਰ੍ਹਾਂ ਉਹ ਉੱਠਣ ਲੱਗਾ ਮੈਂ ਫੜ ਲਿਆ ਉਹਨੂੰ ਮੈਂ ਕਬੂਤਰ ਨਹੀਂ ਪਹਿਲੇ ਫੜਿਆ ਮੈਂ ਕਿਹਾ ਬਹਿ ਜਾ ਹੁਣ ਤੂੰ ਕਿਸੇ ਮੇਰੇ ਲਗੋਟਾ ਨਹੀਂ ਪਾੜਦਾ ਅੱਲਾ ਨੂੰ ਮੈਂ ਪਸੰਦ ਨਹੀਂ ਹੈਗੀ ਮੈਂ ਕਿਹਾ ਸਾਈ ਤੂੰ ਹਰ ਗਿਆ ਕੀ ਸਮਝ ਲੱਗੀ ਮੈਂ ਕਬੂਤਰ ਫੜਿਆ ਉਹ ਭਾਅ ਜੀ ਜਿਹੜੇ 10 ਮਿੰਟੋਂ ਬੈਠੇ ਅਸੀਂ ਵੱਡੇ ਵੱਡੇ ਬੰਦੇ ਸਨ ਨਾਮਵਰ ਆਦਮੀ ਸਨ ਸਾਡੇ ਪਿੰਡ ਦੇ ਚੌਧਰੀ ਵੀ ਸਨ ਉਹ ਵੀ ਬੈਠੇ ਸੀ ਵੇਚ ਉਹਨਾਂ ਨੇ ਕਬੂਤਰ ਦੇਖਿਆ ਸੀ ਕਬੂਤਰ ਉੱਡ ਕੇ ਆਇਆ ਭਾਵੇਂ ਨੀਵਾਂ ਆਵੇ ਭਾਵੇਂ ਉੱਚਾ ਆਵੇ ਲਿਖਿਆ ਜਾਣਾ ਸੀ ਲਿਖਿਆ ਗਿਆ ਕਬੂਤਰ ਸਾਈ ਤੂੰ ਹਰ ਗਿਆ ਉਹਨੇ ਕਿਹਾ ਮੈਂ ਹਰ ਗਿਆ
ਉਹਨੇ ਜਾ ਕੇ ਖੁੱਡੇ ਤੋੜਦੇ ਕਬੂਤਰ ਬਾਜ਼ੀ ਛੱਡ ਦਿੱਤੀ ਉਹਨੇ। ਸਾਡਾ ਦੂਜਾ ਕਬੂਤਰ ਉੱਤੋਂ ਨਿਕਲ ਆਇਆ, ਉਹ 5 ਵਜੇ ਬੈਠਾ ਸ਼ਾਮ ਨੂੰ ਉੱਤੋਂ ਨਿਕਲ ਆਇਆ, ਕਾਲੇ ਕੋਲ ਵਾਲਾ ਉੱਤੋਂ ਨਿਕਲ ਗਿਆ। ਉਹਨੂੰ ਉਹ ਸਹੀ ਆਇਆ ਕਾਲੇ ਕੋਲ ਵਾਲਾ ਕਬੂਤਰ, ਉੱਤੋਂ ਉਹ ਨਿਕਲ ਆਇਆ। ਇਹ ਤਾਂ ਬੜੀ ਮਸ਼ਹੂਰ ਗੱਲ ਹੈਗੀ ਹੈ, ਇਸ ਮਤਲਬ ਮੈਂ ਜਿੱਤ ਗਿਆ ਜੀ ਸਾਡੇ। ਉਹ ਲੋ ਜੀ ਭਾਈ ਮੁਖਾਲਸਾ ਨੇ ਕਿਹਾ ਢੋਲਾ ਪਾ ਦਿੱਤਾ, ਇੱਕ ਕਬੂਤਰ ਤਾਂ ਇੱਥੇ ਛੱਡਿਆ ਸੀ ਜੀ, ਨਾਨ ਕੀਤਾ ਸੀ। ਉਹ ਮੈਂ ਗਿਆ ਉੱਥੇ, ਉਹਨੇ ਮੈਂ ਦੇਖਿਆ ਉਹਨੇ ਕਬੂਤਰ ਬਾਜ਼ੀ ਛੱਡ ਦਿੱਤੀ ਹੈ, ਮੈਨੂੰ ਮੱਝਿਆ 'ਚ ਲੈ ਗਿਆ। ਮੈਂ ਕਿਹਾ ਕੀ ਗੱਲ ਹੈ ਮੈਨੂੰ ਮੱਝਿਆ 'ਚ? ਉਹਨੇ ਕਿਹਾ ਕਬੂਤਰ ਉਹਨਾਂ ਨੇ ਛੱਡਿਆ ਸੀ। ਮੈਂ ਕਿਹਾ ਨਹੀਂ ਭਾਅ ਜੀ, ਉਹ ਮੇਰੇ ਮੁਖਾਲ ਬੰਦੇ ਨੇ, ਮੇਰੇ ਇੱਡ ਕੁੱਤੇ ਦਾ ਬਾਹਰ, ਮੈਂ ਉਹਨਾਂ ਨੂੰ ਮੋਰੀ ਕੋਲ ਸਮੁੰਦਰ ਰੋਡ ਕੀਤਾ, ਮੇਰਾ ਕਬੂਤਰ ਛੱਡ ਸਕਦੇ ਨੇ ਫੜ ਕੇ? ਕਿਉਂ ਸਾਹ ਜੀ, ਜਿਹੜੇ ਬੰਦੇ ਨੇ ਮੈਂ ਮੇਰੇ ਮੁਖਾਲਫ ਨੇ, ਮੇਰੇ ਇੱਟ ਕੁੱਤੇ ਦਾ ਵੈਰ ਉਹਨਾਂ ਦਾ, ਮੈਂ ਲਾਹੌਰੋਂ ਆਉਂਦਾ ਵਾਂ, ਉਹ ਇੱਥੇ ਪਿੰਡ ਦੇ ਬੰਦੇ ਨੇ, ਅਤੇ ਮੈਂ ਉਹਨਾਂ ਨੂੰ ਜਿੱਤ ਕੇ ਜਾਂਦਾ ਵਾਂ, ਪੈਸੇ ਵੀ ਜਿੱਤਣਾ ਉਹਨਾਂ ਨੇ, ਲੋਕਾਂ ਨੂੰ ਇੱਥੇ ਵੰਡਣਾ ਵਾਂ, ਪੈਸੇ ਦੇਗਾਂ ਪਕਾ ਪਕਾ ਕੇ ਵੰਡਣਾ ਵਾਂ। 150-200 ਦੀ ਦੇਗ ਪੱਕਦੀ ਸੀ, ਮੈਂ ਦੇਗ ਪਕਾਉਂਦਾ ਸੀ, ਤਸਕਰਾ ਖਾਓ ਜੀ। ਇਹ ਭਾਅ ਜੀ ਹੁੰਦਾ ਪਿਆਰ ਮੁਹੱਬਤ ਦੀ ਗੱਲ ਹੈ, ਉੱਥੇ ਜਿਹਨੂੰ ਮਰਜ਼ੀ ਪੁੱਛ ਲਓ ਜਾ ਕੇ, ਇਹ ਸਹੀ ਗੱਲ ਹੈ। ਮੇਰਾ ਆਸਫ ਬੱਟ ਉੱਥੇ ਸ਼ਗਿਰਦ ਹੈ, ਉਹਨੂੰ ਪਤਾ ਕੀ ਸਮਝ ਲੱਗੀ ਆਸਫ ਬੱਟ ਨੂੰ, ਸਹੀ ਘਰ ਹੈ। ਹਾਂ ਸਾਜੀ ਅਤਾ ਉਹਨਾਂ ਨਾਂ ਜੇ ਜਿੰਦੇਵਾ, ਨਾਂ ਜੇ ਉਹਨਾਂ ਜਿੰਦੇਵਾ ਮੁੰਡੇ ਦਾ ਜਿਹੜਾ ਉਸਤਾਦ ਬਣਾਇਆ ਇੱਥੇ ਕਾਨੇ। ਸਾਜੀ ਬੜਾ ਮਜ਼ਾ ਆਇਆ ਤੁਹਾਡੇ ਨਾਲ ਮਿਲ ਕੇ। ਹਾਂ, ਔਰ ਇੱਕ ਸੀਨੀਅਰ ਔਰ ਵੱਡੇ ਉਸਤਾਦ ਨੂੰ ਮਿਲਣ ਦਾ ਵੈਸੇ ਹੀ ਸਾਨੂੰ ਬੜਾ ਸ਼ੌਕ ਹੈ, ਤੁਹਾਡੀਆਂ ਗੱਲਾਂ ਸਾਡੇ ਦਿਲ 'ਚ ਲਿਖੀਆਂ ਗਈਆਂ ਨੇ। ਲਾਸਟ 'ਚ ਇੱਕ ਮਿੱਠਾ ਜਿਹਾ ਪੈਗਾਮ ਦੇ ਦਿਓ ਕਬੂਤਰਬਾਜ਼ ਭਾਈਆਂ ਲਈ। ਦੇਖੋ ਭਾਅ ਜੀ, ਜਿਹੜਾ ਖਿਦਮਤ ਕਰੇਗਾ ਕਬੂਤਰਾਂ ਦੀ, ਉਹਦੇ ਕਬੂਤਰ ਉੱਡਣਗੇ। ਸਾਡੇ ਵਾਸਤੇ ਦੁਆ ਕਰੋ, ਅਸੀਂ ਹੁਣ 94 ਸਾਲ ਦੀ ਉਮਰ ਹੋਣ ਲੱਗੀ, 93 ਸਾਲ ਦੀ ਕੀ ਸਮਝ ਲੱਗੀ, ਅਤੇ ਸਾਡੀ ਜ਼ਿੰਦਗੀ ਦਾ ਕੀ ਪਤਾ। ਅਸੀਂ ਤੁਹਾਡੇ ਵਾਸਤੇ ਦੁਆ ਕਰਨੇ ਹਾਂ, ਅੱਲਾ ਤੁਹਾਨੂੰ ਵੀ ਤਸੀਕ ਦੇਵੇ। ਅੱਲਾ ਕਦੀ ਕਿਸੇ ਉਸਤਾਦ ਨੂੰ ਬੁਰਾ ਨਹੀਂ ਕਹਿਣਾ, ਜਿਹੜਾ ਉਸਤਾਦ ਹੈ, ਭਾਵੇਂ ਉਹ ਪੈੜਾ ਵੇ ਚੰਗਾ ਵੇ, ਉਹਨੂੰ ਚੰਗਾ ਕਹੋ, ਕਿਉਂਕਿ ਉਸਤਾਦ ਦਾ ਨਾਂ ਉਸਤਾਦ ਹੈ। ਉਸਤਾਦ ਦੇ ਨੇ ਕਿਸੇ ਦਾ ਸ਼ਗਿਰਦ ਨਹੀਂ ਹੋਣਾ, ਉਹਨੂੰ ਤਾਂ ਸ਼ਗਿਰਦ ਹੀ ਹੋਣਾ ਜਾ ਕੇ ਉਸਤਾਦ ਨਾਲ, ਉਸਤਾਦ ਦਾ ਕਿੰਨੇ ਵੀ ਹੋਣਾ। ਜਿਹੜਾ ਉਸਤਾਦ ਹੈ ਉਹਦੀ ਬਕਾਇਦਾ ਇੱਜ਼ਤ ਕਰੋ, ਭਾਵੇਂ ਮਾੜਾ ਹੋਵੇ ਭਾਵੇਂ ਗਰੀਬ ਹੈ, ਚੰਗਾ ਜੇ ਗਰੀਬ ਉਹਦੀ ਮਦਦ ਨਾਲ ਅਮੀਰ ਬੰਦੇ ਕਰਨ, ਕੀ ਸਮਝ ਲੱਗੇ? ਸਹੀ ਗੱਲ ਹੈ, ਫਿਰ ਮਜ਼ਾ ਆਉਂਦਾ ਹੈ, ਕੀ ਸਮਝ ਲੱਗੇ? ਇਹ ਸਮਝ ਦੇਖੋ ਜੀ, ਮੈਂ ਮੇਰੇ 5-6 ਦੇ ਸ਼ਗਿਰਦ ਨੇ, ਮੈਂ ਸ਼ਹੀਦ ਕੀਤੇ ਹੀ ਨਹੀਂ ਸਨ, ਕਿਉਂਕਿ ਬਾਜੀ ਸ਼ਗਿਰਦਾਂ ਨੂੰ ਦੱਸਣਾ ਪੈਂਦਾ। ਹੁਣ ਤਾਰਕ ਨੇ, ਤਾਰਕ ਦਾ ਬੜਾ ਨਾਮ ਹੈ, 10 ਸਾਲ ਨਹੀਂ ਹਰਿਆ ਕਿਸੇ ਕੋਲੋਂ ਹੈ, ਜੇ ਕਿਸੇ ਨੇ ਜਿੱਤਿਆ ਤਾਂ ਮੈਨੂੰ ਦੱਸੇ ਕੋਈ, 10 ਸਾਲ 92 ਤੋਂ ਲੈ ਕੇ 2002 ਤੱਕ ਰਿਹਾ। ਵਾਜੀ ਬਸ ਸਾਜੀ, ਕਰੀਏ ਵਾਇੰਡ ਅਪ ਫਿਰ। ਹਾਂ ਬਸ ਠੀਕ ਹੈ ਬਾਜੀ। ਲਓ ਜੀ ਦੋਸਤੋ, ਉਮੀਦ ਕਰਨਾ ਸ਼ੁਕਸ਼ਕਾਰ ਇੰਟਰਵਿਊ ਤੁਹਾਨੂੰ ਪਸੰਦ ਆਇਆ ਹੈਗਾ। ਮਿਲਣੇ ਨਈ ਵੀਡੀਓ 'ਚ ਨਏ ਸ਼ੌਕ ਦੇ ਨਾਲ। ਅੱਲਾ ਹਾਫਿਜ਼।